ਡੀਅਰ ਸਟੂਡੈਂਟਸ ਅੱਜ ਅਸੀਂ ਆਪਣੇ ਸਿਲੇਬਸ ਦਾ 4th ਚੈਪਟਰ ਲਿਬਰਟੀ ਐਂਡ ਡਿਸਪਲਿਨ ਜੋ ਕਿ ਇੱਕ ਐਸੇ ਹੈ ਉਸ ਦੀ ਰੀਡਿੰਗ ਕਰਾਂਗੇ ਇਸ ਚੈਪਟਰ ਨੂੰ ਸਰ ਵਿਲੀਅਮ ਸਲਿਮ ਨੇ ਲਿਖਿਆ ਸਭ ਤੋਂ ਪਹਿਲਾਂ ਅਸੀਂ ਰਾਈਟਰ ਬਾਰੇ ਥੋੜੀ ਹੋਰ ਜਾਣਕਾਰੀ ਪ੍ਰਾਪਤ ਕਰ ਲੈਂਦੇ ਹਾਂ ਸਰ ਵਿਲੀਅਮ ਸਲਿਮ ਜਿਨ੍ਹਾਂ ਦਾ ਪੂਰਾ ਨਾਮ ਸਰ ਵਿਲੀਅਮ ਜੋਸੇਫ ਸਲਿਮ ਹੈ ਇਹਨਾਂ ਨੂੰ ਬਿਲ ਸਲੀਮ ਦੇ ਨਾਲ ਵੀ ਜਾਣਿਆ ਜਾਂਦਾ ਇਹਨਾਂ ਦਾ ਨਿਕਨੇਮ ਹੈ ਤਾਂ ਸਟੂਡੈਂਟਸ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਾਡੇ ਦੇਸ਼ ਦੇ ਉੱਪਰ ਅੰਗਰੇਜ਼ਾਂ ਦਾ ਰਾਜ ਰਿਹਾ ਤੇ ਬ੍ਰਿਟਿਸ਼ ਆਰਮੀ ਸਾਡੇ ਦੇਸ਼ ਵਿੱਚ ਹੁੰਦੀ ਸੀ ਉਹਨਾਂ ਦਿਨਾਂ ਦੇ ਵਿੱਚ ਤਾਂ ਇਹ ਚੀਫ ਆਫ ਦਾ ਇੰਪੀਰੀਅਲ ਜਨਰਲ ਸਟਾਫ ਦੇ ਅਹੁਦੇ ਤੇ ਰਹੇ ਨੇ ਮਤਲਬ ਕਿ ਇੰਡੀਆ ਦੇ ਵਿੱਚ ਇਹ ਇਸ ਪੋਸਟ ਤੇ ਰਹੇ ਨੇ ਬ੍ਰਿਟਿਸ਼ ਆਰਮੀ ਦੇ ਆਫਿਸ ਵਿੱਚ ਬੱਚਿਓ ਸਰ ਵਿਲੀਅਮ ਸਲੀਮ ਨੇ ਦੋਨੇ ਵਰਲਡ ਵਾਰ ਲੜੀਆਂ ਨੇ ਅਤੇ ਦੋ ਤਿੰਨ ਵਾਰ ਇਹ ਜ਼ਖਮੀ ਵੀ ਹੋਏ ਪਰ ਇਹ ਇੱਕ ਅਫੀਸਰ ਹੋਣ ਦੇ ਨਾਮ ਨਾਲ ਇਹ ਸਟੋਰੀ ਰਾਈਟਰ ਵੀ ਸੀ ਐਸੇ ਵੀ ਲਿਖਦੇ ਸੀ ਅਤੇ ਇਹਨਾਂ ਨੇ ਕਈ ਸਾਰੀਆਂ ਮੈਗਜ਼ੀਨਜ਼ ਦੇ ਲਈ ਰਾਈਟਿੰਗਸ ਵੀ ਲਿਖਿਆ ਨੇ ਤਾਂ ਇਹਨਾਂ ਦਾ ਇੱਕ ਪੈਨ ਨੇਮ ਹੁੰਦਾ ਸੀ ਤੁਹਾਨੂੰ ਪਤਾ ਹੈ ਕਿ ਕੁਝ ਰਾਈਟਰ ਆਪਣਾ origignal ਨੇਮ ਰਾਈਟਿੰਗਸ ਵਿੱਚ ਨਹੀਂ ਲਿਖਦੇ ਤਾਂ ਇਹਨਾਂ ਦਾ ਇੱਕ ਪੈਨ ਨੇਮ ਸੀ ਐਂਥਨੀ ਮਿਲਸ ਤਾਂ ਇਸ ਨੇਮ ਦੇ ਨਾਲ ਇਹ ਆਪਣੀਆਂ ਰਾਈਟਿੰਗਸ ਲਿਖਦੇ ਹੁੰਦੇ ਸੀ ਇਹਨਾਂ ਦਾ ਪੈਨ ਨੇਮ ਹੈ ਅ ਬੱਚੇ ਜਿਹੜਾ ਇਹ ਵਾਲਾ ਚੈਪਟਰ ਹੈ ਇਹ ਸਰ ਵਿਲੀਅਮ ਸਲਿਮ ਨੇ ਇੱਕ ਦਾ ਫੋਰਟਨਾਈਟਲੀ ਲੰਡਨ ਇਹ ਇੱਕ ਮੈਗਜ਼ੀਨ ਹੈ ਇਹਦਾ ਪੂਰਾ ਨਾਮ ਹੈ ਦਾ ਫੋਰਟਨਾਈਟਲੀ ਰਿਵਿਊ ਤਾਂ ਉਸ ਦੇ ਵਿੱਚ ਇਹਨਾਂ ਨੇ ਕਿੱਥੇ ਲਿਖਿਆ ਸੀ ਤਾਂ ਇਹ ਵਾਲਾ ਜਿਹੜਾ ਚੈਪਟਰ ਹੈ ਉਸ ਐਸੇ ਦੇ ਵਿੱਚੋਂ ਲਿਆ ਗਿਆ ਇਨ condensed form condensed form ਦਾ ਮਤਲਬ ਹੈ ਇਸ ਨੂੰ ਛੋਟਾ ਕਰਕੇ ਲਿਆ ਗਿਆ ਪੂਰਾ ਨਹੀਂ ਲਿਆ ਗਿਆ ਇਹ ਵਾਲਾ ਐਸਏ ਉਹਨਾਂ ਲੋਕਾਂ ਦੇ ਲਈ ਸਪੈਸ਼ਲ ਇੰਟਰਸਟ ਮਤਲਬ ਉਹਨਾਂ ਦਾ ਖਾਸ ਇਸ ਦੇ ਵਿੱਚ ਇੰਟਰਸਟ ਹੋਏਗਾ ਰੁਚੀ ਹੋਏਗੀ ਉਹਨਾਂ ਲਈ ਇਹ ਹੈ ਜੋ ਕਿ ਕਾਫੀ ਵਰੀਡ ਰਹਿੰਦੇ ਨੇ ਚਿੰਤਾ ਲੱਗੀ ਰਹਿੰਦੀ ਹੈ ਕਿਉਂਕਿ ਉਹਨਾਂ ਨੂੰ ਪਰਸਨਲ ਲੈਵਲ ਤੇ ਅਤੇ ਰਾਸ਼ਟਰੀ ਲੈਵਲ ਤੇ ਵਿਅਕਤੀਗਤ ਤੌਰ ਤੇ ਅਤੇ ਰਾਸ਼ਟਰ ਦੇ ਤੌਰ ਤੇ ਉਹਨਾਂ ਨੂੰ ਡਿਸਪਲਿਨ ਦੀ ਕਮੀ ਲੱਗਦੀ ਹੈ ਤੇ ਉਹ ਇਸ ਬਾਰੇ ਕਾਫੀ ਅ ਮਤਲਬ ਡਿਸਟਰਬ ਰਹਿੰਦੇ ਨੇ ਆ ਕਾਫੀ ਜ਼ਿਆਦਾ ਉਹਨਾਂ ਨੂੰ ਚਿੰਤਾ ਲੱਗਦੀ ਹੈ ਤਾਂ ਇਹ ਜਿਹੜਾ ਚੈਪਟਰ ਹੈ ਲਿਬਰਟੀ ਐਂਡ ਡਿਸਿਪਲਨ ਉਹਨਾਂ ਪਰਸਨਸ ਦੇ ਲਈ ਕਾਫੀ ਇੰਟਰਸਟ ਵਾਲਾ ਹੈ ਤਾਂ ਸਟੂਡੈਂਟਸ ਸ਼ੁਰੂਆਤ ਦੇ ਵਿੱਚ ਰਾਈਟਰ ਕਹਿੰਦਾ ਹੈ ਕਿ ਜਦੋਂ ਵੀ ਤੁਸੀਂ ਆਪਣੀ ਕਾਰ ਦੇ ਵਿੱਚ ਜਾਂ ਬਾਈਸਾਈਕਲ ਦੇ ਵਿੱਚ ਯੂ ਕੈਨ ਚੂਜ਼ ਜਿੱਥੇ ਵੀ ਜਾਣਾ ਚਾਹੋ ਵੇਅਰ ਯੂ ਵਾਂਟ ਟੂ ਗੋ ਜਿੱਥੇ ਵੀ ਤੁਸੀਂ ਜਾਣਾ ਚਾਹੋ ਚਾਹੇ ਕਾਰ 'ਚ ਜਾਓ ਬਾਈਸਾਈਕਲ ਜਾਓ ਤੁਸੀਂ ਜਾ ਸਕਦੇ ਹੋ ਤਾਂ ਇਸ ਨੂੰ ਆਪਾਂ ਕੀ ਕਹਿੰਦੇ ਆ ਲਿਬਰਟੀ ਲਿਬਰਟੀ ਦਾ ਮਤਲਬ ਸਿੰਪਲ ਆਜ਼ਾਦੀ ਕਿ ਤੁਹਾਨੂੰ ਆਜ਼ਾਦੀ ਹੈ ਕਿ ਤੁਹਾਨੂੰ ਖੁੱਲ੍ਹ ਹੈ ਕਿ ਤੁਸੀਂ ਜਾ ਸਕਦੇ ਹੋ ਕਿਤੇ ਵੀ ਪਰ ਇਹਦੇ ਨਾਲ ਇਹ ਵੀ ਹੈ ਐਸ ਯੂ ਡਰਾਈਵ ਜਦੋਂ ਤੁਸੀਂ ਗੱਡੀ ਚਲਾਣੇ ਹੋ ਜਾਂ ਸਾਈਕਲ ਚਲਾਣੇ ਹੋ ਰਾਈਡ ਕਰਦੇ ਹੋ ਉਸ ਨੂੰ ਤਾਂ ਤੁਸੀਂ ਹਮੇਸ਼ਾ ਆਪਣੇ ਲੈਫਟ ਤੇ ਰਹਿਣਾ ਹੈ ਰੋਡ ਦੇ ਲੈਫਟ ਤੇ ਰਹਿਣਾ ਹੈ ਖੱਬੇ ਪਾਸੇ ਰਹਿਣਾ ਹੈ 댓 ਇਜ਼ ਡਿਸਪਲਿਨ ਤਾਂ ਇਸ ਨੂੰ ਅਸੀਂ ਡਿਸਪਲਿਨ ਕਹਿੰਦੇ ਹਾਂ ਤਾਂ ਪਹਿਲੇ ਪੈਰੇ ਦੇ ਵਿੱਚ ਹੀ ਰਾਈਟਰ ਜੋ ਸਾਡੇ ਆਈਐਸਏ ਦਾ ਨਾਮ ਹੈ ਲਿਬਰਟੀ ਐਂਡ ਡਿਸਪਲਿਨ ਉਸ ਨੂੰ ਉਹ ਸਿੰਪਲ ਟਰਮਸ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਲਿਬਰਟੀ ਕੀ ਚੀਜ਼ ਹੈ ਡਿਸਪਲਿਨ ਕੀ ਚੀਜ਼ ਹੈ ਸਾਨੂੰ ਲਿਬਰਟੀ ਕਿਤੇ ਵੀ ਆਨ ਜਾਂਦੀ ਹੈ ਸਾਨੂੰ ਆਜ਼ਾਦੀ ਹੈ ਸਿੱਕਿਤੇ ਵੀ ਆਈਏ ਜਾਈਏ ਪਰ ਸਾਨੂੰ ਨਾਲ ਹੀ ਅਨੁਸ਼ਾਸਨ ਰੱਖਣਾ ਪਏਗਾ ਕਿ ਅਸੀਂ ਆਪਣੇ ਖੱਬੇ ਹੱਥ ਚੱਲੀਏ ਤਾਂ ਹਾਲਾਂਕਿ ਬੱਚਿਓ ਇਹ ਜਿਹੜਾ 에ਸੇ ਹੈ ਇਹ ਇੱਕ ਬ੍ਰਿਟਿਸ਼ ਰਾਈਟਰ ਨੇ ਲਿਖਿਆ ਹੈ ਇਹ ਪੂਰੇ 에ਸੇ ਦੇ ਵਿੱਚ ਤੁਸੀਂ ਦੇਖੋਗੇ ਉਸਨੇ ਜਿੰਨੀਆਂ ਵੀ ਐਗਜ਼ਾਮਪਲਸ ਲਈਆਂ ਨੇ ਆਪਣੇ ਇੰਗਲੈਂਡ ਦੀਆਂ ਐਗਜ਼ਾਮਪਲਸ ਹੀ ਲਈਆਂ ਨੇ ਉਸ ਨੂੰ ਹੀ ਜ਼ਿਆਦਾ ਡਿਸਕਸ ਕੀਤਾ ਹੈ ਪਰ ਜੇਕਰ ਅਸੀਂ ਆਪ ਨੂੰ ਅਸੀਂ ਇਸ 에ਸੇ ਨੂੰ ਆਪਣੇ ਇੰਡੀਅਨ ਸੰਦਰਭ ਦੇ ਵਿੱਚ ਦੇਖਣਾ ਚਾਹੀਏ ਇੰਡੀਅਨ ਕੰਟੈਕਸਟ ਦੇ ਵਿੱਚ ਦੇਖਣਾ ਚਾਹੀਏ ਤਾਂ ਇਹ ਬਿਲਕੁਲ ਸਾਰਥਕ ਹੁੰਦਾ ਹੈ ਕਿਉਂਕਿ ਤੁਹਾਨੂੰ ਪਤਾ ਹੈ ਬੱਚਿਓ ਸਾਡੇ ਇੰਡੀਆ ਦੇ ਕਨਸਟੀਟਿਊਸ਼ਨ ਦੇ ਵਿੱਚ ਜਿਵੇਂ ਕਿ ਤੁਸੀਂ ਪਿਕ ਦੇ ਵਿੱਚ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਵੀ ਲਿਬਰਟੀ ਦਾ ਜ਼ਿਕਰ ਹੈ ਸਾਨੂੰ ਕਈ ਤਰ੍ਹਾਂ ਦੀ ਲਿਬਰਟੀ ਮਿਲੀ ਹੋਈ ਹੈ ਜੋ ਕਿ ਸਾਡੇ ਪਾਰਟ 3 ਦੇ ਵਿੱਚ ਜੋ ਸਾਡੇ ਰਾਈਟਸ ਆਂਦੇ ਨੇ ਉਸ ਦੇ ਵਿੱਚ ਸਾਰੀਆਂ ਸਾਨੂੰ ਅਧਿਕਾਰ ਮਿਲੇ ਹੋਏ ਨੇ ਸਾਡੇ ਸੰਵਿਧਾਨ ਦੇ ਤੀਜੇ ਹਿੱਸੇ ਦੇ ਵਿੱਚ ਤਾਂ ਤੁਹਾਨੂੰ ਪਤਾ ਹੈ ਇਸ ਦੇ ਵਿੱਚ ਲਿਬਰਟੀ ਆਫ ਥੋਟ ਹੈ ਐਕਸਪ੍ਰੈਸ਼ਨ ਹੈ ਬਿਲੀਫ ਹੈ ਫੇਥ ਹੈ ਵਰਸ਼ਿਪ ਹੈ ਇਹ ਸਾਰੀਆਂ ਲਿਬਰਟੀਆਂ ਨੂੰ ਮੈਂ yellow ਕਲਰ ਦੇ ਵਿੱਚ ਤੁਹਾਨੂੰ ਹਾਈਲਾਈਟ ਕਰਕੇ ਦਿਖਾਇਆ ਹੈ ਇਹਨਾਂ ਸਾਰੀਆਂ ਚੀਜ਼ਾਂ ਦੀ ਸਾਨੂੰ ਖੁੱਲ ਹੈ ਅਸੀਂ ਸੋਚ ਸਕਦੇ ਹਾਂ ਐਕਸਪ੍ਰੈਸ ਕਰ ਸਕਦੇ ਹਾਂ ਆਪਣੇ ਆਪ ਨੂੰ ਕੁਝ ਵੀ ਕਿਸੇ ਵੀ ਗੱਲ ਨੂੰ ਅਸੀਂ ਮੰਨ ਸਕਦੇ ਹਾਂ ਕਿਸੇ ਨੂੰ ਅਸੀਂ ਪੂਜਾ ਕਰ ਸਕਦੇ ਹਾਂ ਇਹ ਸਾਰੀ ਚੀਜ਼ ਦੀ ਸਾਨੂੰ ਸਾਡੇ ਇੰਡੀਆ ਦੇ ਵਿੱਚ ਰਹਿੰਦੀ ਲਿਬਰਟੀ ਹੈ ਪਰ ਇਸ ਦੇ ਨਾਲ ਨਾਲ ਬੱਚਿਓ ਸਾਡੇ ਸੰਵਿਧਾਨ ਦੇ ਹੀ ਪਾਰਟ 4 ਦੇ ਵਿੱਚ ਚੌਥੇ ਹਿੱਸੇ ਦੇ ਵਿੱਚ ਸਾਡੀਆਂ ਕੁਝ ਡਿਊਟੀਆਂ ਵੀ ਨੇ ਕਿ ਸਾਨੇ ਠੀਕ ਹੈ ਸਾਡੇ ਕੋਲ ਅਧਿਕਾਰ ਹੈਗੇ ਨੇ ਪਰ ਸਾਡੇ ਨਾਲ ਨਾਲ ਕੁਝ ਕਰਤਵ ਵੀ ਨੇ ਤਾਂ ਉਹਨਾਂ ਸਾਰੇ ਕਰਤਵਾਂ ਦੇ ਵਿੱਚੋਂ ਇੱਕ ਕਰਤਵ ਹੈ ਬੱਚਿਓ ਡਿਸਪਲਿਨ ਕਿ ਅਸੀਂ ਆਪਣੇ ਦੇਸ਼ ਦੇ ਵਿੱਚ ਜੇਕਰ ਅਸੀਂ ਆਪਣੀ ਲਿਬਰਟੀ ਨੂੰ ਇੰਜੋਏ ਕਰਨਾ ਹੈ ਤਾਂ ਸਾਨੂੰ ਡਿਸਪਲਿਨ ਨੂੰ ਵੀ ਫਾਲੋ ਕਰਨਾ ਹੈ ਤਾਂ ਇਹ ਸਾਰਾ ਐਸੇ ਚਾਹੇ ਇੱਕ ਬ੍ਰਿਟਿਸ਼ ਆਥਰ ਨੇ ਲਿਖਿਆ ਹੈ ਲੇਕਿਨ ਇਹ ਪੂਰੇ ਵਰਲਡ ਦੇ ਵਿੱਚ ਕਿਸੇ ਵੀ ਕੰਟਰੀ ਤੇ ਜਾਂ ਉਹਨਾਂ ਦੇ ਲੋਕਾਂ ਤੇ ਇਹ ਸਾਰਥਕ ਹੁੰਦਾ ਹ ਹੁਣ ਸਟੂਡੈਂਟਸ ਰਾਈਟਰ ਕਹਿੰਦਾ ਹੈ ਕਹਿੰਦਾ ਅਸੀਂ ਲੈਫਟ ਵੱਲ ਚੱਲਦੇ ਆ ਆਪਣੇ ਖੱਬੇ ਪਾਸੇ ਚੱਲਦੇ ਆ ਕਹਿੰਦੇ ਇਹਦੇ ਚਾਰ ਕਾਰਨ ਹੋ ਸਕਦੇ ਨੇ ਵੀ ਅਸੀਂ ਖੱਬੇ ਪਾਸੇ ਕਿਉਂ ਚੱਲਦੇ ਆ ਪਹਿਲਾ ਕਾਰਨ ਉਸਨੇ ਦੱਸਿਆ ਕਿ ਇਹਦੇ 'ਚ ਤੁਹਾਡਾ ਆਪਣਾ ਫਾਇਦਾ ਇਟਸ ਯੋਰ ਓਨ ਐਡਵਾਂਟੇਜ ਕਿ ਤੁਸੀਂ ਖੱਬੇ ਪਾਸੇ ਚਲੋਗੇ ਤੁਸੀਂ ਸੇਫ ਰਹੋਗੇ ਤੁਹਾਡਾ ਆਪਣਾ ਫਾਇਦਾ ਦੂਸਰਾ ਹੈ ਕਨਸੀਡਰੇਸ਼ਨ ਫਾਰ ਅਦਰਸ ਇਹਦਾ ਮਤਲਬ ਹੈ ਕਿ ਕਿਉਂਕਿ ਹੁਣ ਸਾਹਮਣੇ ਵਾਲਾ ਬੰਦਾ ਵੀ ਆ ਰਿਹਾ ਹੈ ਤਾਂ ਉਹਨੂੰ ਵੀ ਤਾਂ ਜਗ੍ਹਾ ਚਾਹੀਦੀ ਹੈ ਉਹ ਆਪਣੇ ਖੱਬੇ ਪਾਸੇ ਚਲੋ ਤਾਂ ਤੁਹਾਨੂੰ ਇਹ ਵੀ ਹੁੰਦਾ ਹੈ ਕਿ ਦੂਜਿਆਂ ਨੂੰ ਵੀ ਰਸਤਾ ਮਿਲੇ ਸਿਰਫ ਮੈਂ ਹੀ ਅਸੀਂ ਸੇਫ ਨਾ ਰਹਾਂ ਦੂਜਾ ਬੰਦਾ ਵੀ ਸੇਫ ਰਹੇ ਜੇ ਹੁਣ ਅਸੀਂ ਸੱਜੇ ਪਾਸੇ ਚੱਲਣ ਲੱਗ ਜਾਈਏ ਤਾਂ ਉਧਰਲਾ ਬੰਦਾ ਵੀ ਉਸੇ ਪਾਸੇ ਆ ਰਿਹਾ ਤਾਂ ਫਿਰ ਐਕਸੀਡੈਂਟ ਹੋਣ ਦਾ ਖਤਰਾ ਹੈ ਤਾਂ ਅਸੀਂ ਦੂਜਿਆਂ ਦੀ ਸੇਫਟੀ ਲਈ ਵੀ ਐਵੇਂ ਸੋਚਦੇ ਆਂ ਤੀਸਰਾ ਉਹ ਕਹਿੰਦਾ ਹੈ ਕੌਨਫੀਡੈਂਸ ਇਨ ਯੋਰ ਫੈਲੋਸ ਕਿ ਜਿਹੜੇ ਤੁਹਾਡੇ ਜੋ ਤੁਹਾਨੂੰ ਉਸ ਟਾਈਮ ਜਾਂਦੇ ਹੋਏ ਰਾਹੀ ਮਿਲਣਗੇ ਤੁਹਾਨੂੰ ਉਹਨਾਂ ਤੇ ਵਿਸ਼ਵਾਸ ਹੈ ਕੌਨਫੀਡੈਂਸ ਹੈ ਕਿ ਉਹ ਵੀ ਤੁਹਾਡੇ ਵਾਂਗੂ ਡਿਸਿਪਲਿਨ ਰੱਖ ਰਹੇ ਨੇ ਉਹ ਕਈ ਵਾਰੀ ਆਪਾਂ ਨੂੰ ਇਹ ਕਹਿਨੂੰ ਮਿਲ ਜਾਂਦਾ ਹੈ ਵੀ ਮੈਂ ਤਾਂ ਗੱਡੀ ਬੜੀ ਹੌਲੀ ਚਲਾਣਾ ਹੈ ਮਤਲਬ ਬੜੇ ਪਿਆਰ ਨਾਲ ਚਲਾਣਾ ਹੈ ਰੈਸ਼ ਡਰਾਈਵਿੰਗ ਨਹੀਂ ਕਰਦਾ ਆਪਾਂ ਸਾਹਮਣੇ ਵਾਲਾ ਜੇ ਆਕੇ ਸਾਡੇ ਚ ਗੱਡੀ ਮਾਰੇ ਫੇਰ ਕਈ ਵਾਰੀ ਆਪਾਂ ਕਹਿ ਦਿੰਦੇ ਨਾ ਇਹ ਪਰ ਹਮੇਸ਼ਾ ਬੱਚੇ ਨੂੰ ਪੋਜ਼ਿਟਿਵ ਸੋਚਣਾ ਚਾਹੀਦਾ ਤੁਸੀਂ ਇਹ ਸੋਚ ਕੇ ਗੱਡੀ ਚਲਾਓ ਜਾਂ ਸਾਈਕਲ ਚਲਾਓ ਕਿ ਜੇ ਤੁਸੀਂ ਸਹੀ ਹੋ ਤਾਂ ਬਾਕੀ ਬੰਦੇ ਵੀ ਉਸੇ ਤਰ੍ਹਾਂ ਦੇ ਆਪਣੇ ਥਿੰਕਿੰਗ ਰੱਖਦੇ ਨੇ ਉਹ ਵੀ ਡਿਸਿਪਲਨ ਦੇ ਨਾਲ ਸੜਕ ਤੇ ਜਾਂਦੇ ਹੋਣਗੇ ਤੇ ਚੌਥਾ ਕਾਰਨ ਇਹ ਹੋ ਸਕਦਾ ਹੈ ਕਿ ਤੁਹਾਨੂੰ ਪਿਨਿਸ਼ਮੈਂਟ ਦਾ ਡਰ ਹੋਵੇ ਅ ਕਿ ਹੁਣ ਸਪੋਜ਼ ਕਰੋ ਤੁਹਾਨੂੰ ਪਤਾ ਹੈ ਨੱਕਾ ਲੱਗਿਆ ਹੋਇਆ ਹੈ ਤਾਂ ਅੱਗੇ ਜਾ ਕੇ ਜੇ ਮੈਂ ਕੁਝ ਹੈ ਜਾਂ ਕੀਤਾ ਜਾਂ ਉਲਟ ਰਸਤੇ ਚੱਲਿਆ ਤਾਂ ਮੇਰਾ ਚਲਾਨ ਹੋ ਜੂਈ ਜਾਂ ਮੈਂ ਫੜਿਆ ਜਾਵਾਂ ਮੈਨੂੰ ਪਿਨਿਸ਼ਮੈਂਟ ਲੱਗੂਗੀ ਮੈਨੂੰ ਫਾਈਨ ਦੇਣਾ ਪਊਗਾ ਤਾਂ ਇੱਕ ਪਿਨਿਸ਼ਮੈਂਟ ਦਾ ਫੀਅਰ ਵੀ ਹੁੰਦਾ ਹੁਣ ਨੀਚੇ ਰਾਈਟਰ ਰੇ ਕਹਿੰਦਾ ਹੈ ਕਹਿੰਦੇ ਇਟ ਇਜ਼ ਦਾ ਰੈਲੇਟਿਵ ਵੇਟ ਵਿਚ ਵੀ ਗਿਵ ਟੂ ਈਚ ਆਫ ðiਸ ਰੀਜ਼ਨਸ ਥੈਟ ਡਿਸਾਈਡਸ ਵਾਟ ਸਾਰਟ ਆਫ ਡਿਸਪਲਿਨ ਵੀ ਹੈਵ ਕਹਿੰਦੇ ਹੁਣ ਅਸੀਂ ਇਹ ਚਾਰਾਂ ਦੇ ਵਿੱਚੋਂ ਕਿਸ ਚੀਜ਼ ਨੂੰ ਜ਼ਿਆਦਾ ਅਹਿਮੀਅਤ ਦਿੰਨੇ ਆ ਰੈਲੇਟਿਵ ਵੇਟ ਰੈਲੇਟਿਵ ਵੇਟ ਦਾ ਮਤਲਬ ਹੁੰਦਾ ਬੱਚਿਓ ਵੀ ਆਪਾਂ ਕਿਹੜੀ ਚੀਜ਼ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਆ ਹੋ ਸਕਦਾ ਹੈ ਕਿ ਤੁਸੀਂ ਇਹ ਸੋਚੋ ਕਿ ਮੇਰਾ ਆਪਣਾ ਫਾਇਦਾ ਹੋ ਸਕਦਾ ਹੈ ਕਿ ਤੁਸੀਂ ਦੂਜਿਆਂ ਬਾਰੇ ਸੋਚੋ ਹੋ ਸਕਦਾ ਹੈ ਤੁਸੀਂ ਕੌਨਫੀਡੈਂਸ ਰੱਖੋ ਦੂਜਿਆਂ 'ਚ ਜਾਂ ਤੁਹਾਨੂੰ ਪਿਨਿਸ਼ਮੈਂਟ ਦਾ ਡਰ ਹੋਵੇ ਕਈ ਬੰਦੇ ਪਿਨਿਸ਼ਮੈਂਟ ਦੇ ਡਰ ਨਾਲ ਸੜਕ ਦੇ ਖੱਬੇ ਪਾਸੇ ਚੱਲਦੇ ਨੇ ਕਈ ਬੰਦੇ ਆਪਣੀ ਸੇਫਟੀ ਲਈ ਚੱਲਦੇ ਨੇ ਤਾਂ ਇਹ ਇਹ ਪਰਸਨ ਇਹ ਵੈਰੀ ਜਿਹੜਾ ਕਰਦਾ ਹੈ ਪਰਸਨ ਟੂ ਪਰਸਨ ਵੈਰੀ ਕਰਦਾ ਹੈ ਹਰ ਇਨਸਾਨ ਦੇ ਹਿਸਾਬ ਨਾਲ ਵੈਰੀ ਕਰਦਾ ਹੈ ਵੀ ਤੁਸੀਂ ਕਿਸ ਹਿਸਾਬ ਦੇ ਨਾਲ ਡਿਸਪਲਿਨ ਨੂੰ ਮੰਨਦੇ ਹੋ ਹੁਣ ਅਗੇ ਰਾਈਟਰ ਦੋ ਤਰ੍ਹਾਂ ਦੇ ਡਿਸਪਲਿਨ ਦੀ ਗੱਲ ਕਰਦਾ ਹੈ ਉਹ ਇੱਤਾ ਗੱਲ ਕਰਦਾ ਹੈ ਪਿਓਰ ਸੈਲਫ ਡਿਸਪਲਿਨ ਦੀ ਤੇ ਦੂਸਰੇ ਡਿਸਪਲਿਨ ਦੀ ਉਹ ਗੱਲ ਕਰਦਾ ਹੈ ਐਨਫੋਰਸਡ ਡਿਸਪਲਿਨ ਦੀ ਹੁਣ ਇਹ ਪਿਓਰ ਸੈਲਫ ਡਿਸਪਲਿਨ ਤੇ ਐਨਫੋਰਸਡ ਡਿਸਪਲਿਨ ਸਾਨੂੰ ਲਾਈਨਸ ਪੜ੍ਹ ਕੇ ਪਤਾ ਲੱਗੂਗਾ ਕਹਿੰਦੇ ਤੁਹਾਡੇ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਪਰਸਨ ਟੂ ਪਰਸਨ ਜਿਹੜਾ ਜਿਹੜਾ ਡਿਸਪਲਿਨ ਹੈ ਇਹ ਵੈਰੀ ਕਰਦਾ ਹੈ ਵੈਰੀ ਦਾ ਮਤਲਬ ਚੇਂਜ ਹੁੰਦਾ ਰਹਿੰਦਾ ਹੈ ਤਾਂ ਉਹ ਕਹਿੰਦਾ ਕਿ ਕੋਈ ਪਰਸਨ ਆਪਣੇ ਅੰਦਰ ਪਿਓਰ ਸੈਲਫ ਡਿਸਪਲਿਨ ਵੀ ਲੈ ਕੇ ਆ ਸਕਦਾ ਹੈ ਕਿਸ ਤਰ੍ਹਾਂ ਦਾ ਡਿਸਪਲਿਨ ਹੈ ਉਹ ਜਿਵੇਂ ਸਰਮਨ ਔਨ ਦਾ ਮਾਉਂਟ ਆ ਹੁਣ ਇਹ ਚੀਜ਼ ਨੂੰ ਬੱਚਿਓ ਸਮਝਣ ਦੀ ਲੋੜ ਹੈ ਕਿ ਸਰਮਨ ਔਨ ਦਾ ਮਾਉਂਟ ਕੀ ਹੈ ਵਸੇ ਸਰਮਨ ਦਾ ਮਤਲਬ ਹੁੰਦਾ ਬੱਚਿਓ ਧਾਰਮਿਕ ਵਿਚਾਰ ਮਾਉਂਟ ਇੱਕ ਪਰਬਤ ਨੂੰ ਕਿਹਾ ਜਾਂਦਾ ਹੈ ਠੀਕ ਹੈ ਤਾਂ ਸਾਡੇ ਜਿਹੜੇ ਜੀਸਸ ਕ੍ਰਾਈਸਟ ਹੋਏ ਨੇ ਤਾਂ ਜੀਸਸ ਕ੍ਰਾਈਸਟ ਦੇ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਨਾ ਇੱਕ ਛੋਟੇ ਜਿਹੇ ਪਰਬਤ ਦੇ ਉੱਪਰ ਬੈਠ ਕੇ ਲੋਕਾਂ ਨੂੰ ਟੀਚਿੰਗਸ ਦਿੰਦੇ ਸੀਗੇ ਤਾਂ ਲੋਕੀ ਆ ਕੇ ਬਹਿ ਜਾਂਦੇ ਸੀ ਤਾਂ ਜਿਵੇਂ ਕਿ ਤੁਸੀਂ ਪਿਕ ਦੇ ਵਿੱਚ ਦੇਖ ਰਹੇ ਹੋ ਤਾਂ ਇਹ ਸਰਮਨ ਔਨ ਦਾ ਮਾਉਂਟ ਦਾ ਮਤਲਬ ਕੀ ਹੈ ਕਿ ਇਟ ਇਜ਼ ਅ ਕਲੈਕਸ਼ਨ ਆਫ ਸੇਇੰਗਸ ਐਂਡ ਟੀਚਿੰਗਸ ਆਫ ਜੀਸਸ ਕ੍ਰਾਈਸਟ ਇਸ ਸਰਮਨ ਔਨ ਦਾ ਮਾਉਂਟ ਦਾ ਮਤਲਬ ਹੈ ਕਿ ਜਿਹੜੀਆਂ ਟੀਚਿੰਗਸ ਦਿੱਤੀਆਂ ਨੇ ਜੀਸਸ ਕ੍ਰਾਈਸਟ ਨੇ ਜਾਂ ਉਹਨਾਂ ਦੀਆਂ ਜੋ ਸੇਇੰਗਸ ਨੇ ਜੋ ਉਹਨਾਂ ਨੇ ਗੱਲਾਂ ਕਹੀਆਂ ਨੇ ਉਹਨਾਂ ਦੀ ਕਲੈਕਸ਼ਨ ਹੈ ਤਾਂ ਉਮੀਦ ਹੈ ਕਿ ਬੱਚਿਓ ਤੁਹਾਨੂੰ ਪਿਕ ਦੇ ਕੇ ਇਹ ਗੱਲ ਕਲੀਅਰ ਹੋ ਗਈ ਹੋਗੀ ਹੋਏਗੀ ਕਿਉਂਕਿ ਉੱਥੇ ਉਹ ਸਾਰੀਆਂ ਰਿਲੀਜੀਅਸ ਗੱਲਾਂ ਕਰਦੇ ਸੀ ਧਾਰਮਿਕ ਗੱਲਾਂ ਕਰਦੇ ਸੀ ਤਾਂ ਲੋਕਾਂ ਦੇ ਵਿੱਚ ਆਪਣੇ ਆਪ ਹੀ ਡਿਸਪਲਿਨ ਆਂਦਾ ਸੀ ਪਿਓਰ ਸੈਲਫ ਡਿਸਪਲਿਨ ਆਂਦਾ ਸੀ ਉਹਨਾਂ ਦੇ ਅੰਦਰ ਤਾਂ ਪਿਓਰ ਸੈਲਫ ਡਿਸਪਲਿਨ ਦਾ ਬੱਚਿਓ ਮਤਲਬ ਹੋ ਗਿਆ ਕਿ ਆਤਮ ਅਨੁਸ਼ਾਸਨ ਕਿਉਂਕਿ ਜੀਸਸ ਕ੍ਰਾਈਸਟ ਦੀਆਂ ਸਿੱਖਿਆਵਾਂ ਜਿਹੜੀਆਂ ਨੇ ਉਹ ਆ ਸਾਨੂੰ ਸੈਲਫ ਡਿਸਪਲਿਨ ਜੋ ਸਖੰਦੀਆ ਨੇ ਤਾਂ ਲੋਕੀ ਉਵੇਂ ਹੀ ਉਸਤੇ ਪਾਲਣ ਕਰਦੇ ਸੀਗੇ ਦੂਸਰੇ ਪਾਸੇ ਰਾਈਟਰ ਨੇ ਜ਼ਿਕਰ ਕੀਤਾ ਬੱਚਿਓ ਐਨਫੋਰਸਡ ਡਿਸਪਲਿਨ ਦਾ ਨਾ ਹੁਣ ਐਨਫੋਰਸਡ ਡਿਸਪਲਿਨ ਕੀ ਹੈ enforce ਤੁਹਾਨੂੰ ਪਤਾ ਹੈ ਕਿ ਫੋਰ ਸ਼ਬਦ ਤੋਂ ਬਣਿਆ ਹੈ ਫੋਰ ਦਾ ਮਤਲਬ ਜਿਆਦਾ ਆਪਾਂ ਦਬਾਅ ਪਾ ਕੇ ਕੋਈ ਜ਼ੋਰ ਦੇ ਕੇ ਜਿਆਦਾ ਆਪਾਂ ਡਿਸਪਲਿਨ ਕਰਵਾਨੇ ਹੈ ਅਨੁਸ਼ਾਸਨ ਕਰਵਾਨੇ ਤਾਂ ਉਹਨੂੰ enforce ਡਿਸਪਲਿਨ ਕਰਨੇ ਜਿਵੇਂ ਕਿ ਬੱਚੇ ਤੁਸੀਂ ਪਿਕ ਦੇ ਵਿੱਚ ਦੇਖ ਰਹੇ ਹੋ ਤਾਂ ਇਹ ਇੱਕ ਕਨਸੈਂਟਰੇਸ਼ਨ ਕੈਂਪ ਦੀ ਫੋਟੋ ਹੈ ਨਾਓ ਕਨਸੈਂਟਰੇਸ਼ਨ ਕੈਂਪ ਦਾ ਮਤਲਬ ਕੀ ਹੈ ਇਹ ਇਹ ਜਿਹੇ ਕੈਂਪ ਜਿੱਥੇ ਕਿ ਲੋਕਾਂ ਨੂੰ ਤਸੀਹੇ ਦਿੱਤੇ ਜਾਂਦੇ ਨੇ ਉਹਨਾਂ ਨੂੰ ਅ ਮਤਲਬ ਕਿ ਬਹੁਤ ਜ਼ਿਆਦਾ ਸਖਤ ਅਨੁਸ਼ਾਸਨ ਦੇ ਵਿੱਚ ਰੱਖ ਕੇ ਕੰਮ ਕਰਾਇਆ ਜਾਂਦਾ ਜਿਵੇਂ ਕਿ ਤੁਸੀਂ ਪਿਕ ਦੇ ਵਿੱਚ ਵੀ ਦੇਖ ਰਹੇ ਹੋ ਤਾਂ ਹੁਣ ਉੱਥੇ ਲੋਕ ਆਪਣੇ ਮਨ ਦੇ ਨਾਲ ਡਿਸਪਲਿਨ ਵਿੱਚ ਨਹੀਂ ਹੈਗੇ ਪਰ ਕਿਉਂਕਿ ਉਹਨਾਂ ਦੇ ਡੰਡੇ ਦਾ ਡਰ ਹੈ ਉਹਨਾਂ ਨੂੰ ਕਿ ਸਾਡੇ ਮਤਲਬ ਕਿ ਸਾਨੂੰ ਕੁੱਟਮਾਰ ਹੋਏਗੀ ਸਾਡੇ ਨਾਲ ਜੇਕਰ ਅਸੀਂ ਉਹ ਡਿਸਪਲਿਨ ਵਿੱਚ ਨਹੀਂ ਰਹਾਂਗੇ ਤਾਂ ਅਸੀਂ ਇਸ ਨੂੰ ਐਨਫੋਰਸਡ ਡਿਸਪਲਿਨ ਕਹਿੰਦੇ ਆ ਤਾਂ ਐਨਫੋਰਸਡ ਡਿਸਪਲਿਨ ਤੇ ਪਿਓਰ ਸੈਲਫ ਡਿਸਪਲਿਨ ਦੇ ਵਿੱਚ ਜ਼ਮੀਨ ਉਸਮਾਨ ਦਾ ਫਰਕ ਹੈ ਪਿਓਰ ਸੈਲਫ ਡਿਸਪਲਿਨ ਦੇ ਵਿੱਚ ਅਸੀਂ ਆਪਣੇ ਆਪ ਤਿਆਰ ਹੁੰਨੇ ਆ ਡਿਸਪਲਿਨ ਚ ਰਹਿਣ ਦੇ ਲਈ ਪਰ ਇਨਫੋਰਸਡ ਡਿਸਪਲਿਨ ਦੇ ਵਿੱਚ ਸਾਨੂੰ ਡਰ ਹੁੰਦਾ ਹੈ ਕਿਸੇ ਬਾਹਰੀ ਫੋਰਸ ਦਾ ਮਤਲਬ ਕਿ ਕੁੱਟਮਾਰ ਤੋਂ ਬਚਣ ਦੇ ਲਈ ਜਾਂ ਫਾਈਨ ਵਗੈਰਾ ਤੋਂ ਬਚਣ ਦੇ ਲਈ ਅਸੀਂ ਇਨਫੋਰਸਡ ਡਿਸਪਲਿਨ ਦੇ ਵਿੱਚ ਰਹਿਨੇ ਆ ਰਾਈਟਰ ਅੱਗੇ ਕਹਿੰਦਾ ਹੈ ਕਹਿੰਦਾ ਇਨਸਪਾਈਟ ਆਫ 올 ਆਵਰਸ ਸਕੋਬਲਸ ਸਕੋਬਲਸ ਦਾ ਮਤਲਬ ਹੁੰਦਾ ਬੱਚਿਓ ਲੜਾਈ ਝਗੜੇ ਤੇ ਇਨਸਪਾਈਟ ਆਫ ਤੁਹਾਨੂੰ ਪਤਾ ਹੈ ਵੀ ਇਹ ਇੱਕ ਫਰੇਜ਼ ਹੈ ਇਹਦਾ ਮਤਲਬ ਹੁੰਦਾ ਬਜਾਏ ਕਹਿੰਦੇ ਇੰਨੇ ਝਗੜੇ ਨੇ ਇਹਨਾਂ ਤੋਂ ਵੀ ਇਹਨਾਂ ਦੇ ਬਜਾਏ ਦਾ ਬ੍ਰਿਟਿਸ਼ ਜਿਹੜੇ ਨੇ ਹਮੇਸ਼ਾ ਯੂਨਾਈਟਿਡ ਰਹੇ ਨੇ ਨਾਉ ਦਾ ਬ੍ਰਿਟਿਸ਼ ਦਾ ਮਤਲਬ ਇੱਥੇ ਬ੍ਰਿਟੇਨ 'ਚ ਰਹਿਣ ਵਾਲੇ ਇੰਗਲੈਂਡ 'ਚ ਰਹਿਣ ਵਾਲੇ ਲੋਕਾਂ ਨੂੰ ਕਿਹਾ ਗਿਆ ਹੈ ਕਹਿੰਦੇ ਹਮੇਸ਼ਾ ਇੱਕ ਰਹੇ ਨੇ ਕਦੋਂ ਜਦੋਂ ਕਈ ਸਾਰੇ ਮੈਟਰਸ ਆਂਦੇ ਨੇ ਕਈ ਸਾਰੇ ਮਾਮਲੇ ਆਂਦੇ ਨੇ ਅਤੇ ਲਿਬਰਟੀ ਉਹਨਾਂ 'ਚੋਂ ਇੱਕ ਹੈ ਇਜ਼ 1 ਆਫ ਥੈਮ ਲਿਬਰਟੀ ਦਾ ਮਤਲਬ ਇੱਥੇ ਉਹੀ ਆਜ਼ਾਦੀ ਹੈ ਬੱਚਿਓ ਜਿੱਦੀ ਆਪਾਂ ਪਹਿਲਾਂ ਵੀ ਥੋੜੀ ਜਿਹੀ ਡਿਸਕਸ਼ਨ ਕੀਤੀ ਸੀ ਅ ਹੁਣ ਉਹ ਅੱਗੇ ਕਹਿੰਦਾ ਹੈ ਵੀ ਵੀ ਦਾ ਮਤਲਬ ਇੱਥੇ ਬੱਚਿਓ ਇੰਗਲੈਂਡ ਦੇ ਵਾਸੀ ਫੇਰ ਉਹੀ ਗੱਲ ਦਾ ਬ੍ਰਿਟਿਸ਼ ਦੀ ਉਹ ਗੱਲ ਹੋ ਰਹੀ ਹੈ ਤਾਂ ਉਹਨਾਂ ਦੱਸੇ ਨਾ ਬੇਟਾ ਪੂਰਾ ਐਸੇ ਉਸਨੇ ਇੱਕ ਇੰਗਲੈਂਡ ਵਿੱਚ ਰਹਿਣ ਵਾਲੇ ਬੰਦੇ ਦੇ ਪੁਆਇੰਟ ਆਫ View ਨਾਲ ਬਣਾਇਆ ਉਹਨੂੰ ਕਹਿੰਦਾ ਹੈ ਕਹਿੰਦਾ ਅਸੀਂ ਵਿਸ਼ਵਾਸ ਕਰਦੇ ਹਾਂ ਕਈ ਗੱਲਾਂ 'ਚ ਉਹ ਇੱਕ ਕਹਿ ਰਹੇ ਹੈ ਇਨ ਫਰੀਡਮ ਟੂ ਥਿੰਕ ਵਾਟ ਵੀ ਲਾਈਕ ਕੁਝ ਵੀ ਅਸੀਂ ਚਾਹੀਏ ਉਸ ਦੇ ਬਾਰੇ ਅਸੀਂ ਸੋਚ ਸਕਦੇ ਹਾਂ ਸਾਨੂੰ ਇਸ ਦੀ ਆਜ਼ਾਦੀ ਹੈ say what we like ਕੁਝ ਵੀ ਅਸੀਂ ਕਹਿ ਸਕਦੇ ਹਾਂ ਉਹਦੀ ਸਾਨੂੰ ਆਜ਼ਾਦੀ ਹੈ work at what we like ਕਿਸੇ ਤਰ੍ਹਾਂ ਦਾ ਕੰਮ ਅਸੀਂ ਕਰ ਸਕਦੇ ਹਾਂ ਸਾਨੂੰ ਕੰਮ ਕਰਨ ਦੀ ਆਜ਼ਾਦੀ ਹੈ and go where we like ਅਤੇ ਜਿੱਥੇ ਵੀ ਅਸੀਂ ਜਾਣਾ ਚਾਹੀਏ ਜਾ ਸਕਦੇ ਹਾਂ ਹੁਣ ਇਸ ਮਾਮਲਿਆਂ ਦੇ ਵਿੱਚ ਉਹ ਕਹੇ ਹੈ ਕਿ ਬ੍ਰਿਟਿਸ਼ਸ ਦੀ ਜਿਹੜੀ رائے ਹੈ ਉਹ ਇੱਕ ਹੈ ਕਹਿੰਦੇ ਡਿਸਪਲਿਨ ਇਜ਼ ਅ ਰਿਸਟ੍ਰੇਂਟ ਔਨ ਲਿਬਰਟੀ ਇਹ ਲਾਈਨ ਬੜੀ ਵਧੀਆ ਲਿਖੀ ਹੈ રાઇટર ਨੇ કે ਜਿਹੜਾ ਅਨੁਸ਼ਾਸਨ ਹੈ ਉਹ ਸਾਡੀ ਆਜ਼ਾਦੀ ਦੇ ਉੱਪਰ ਇੱਕ ਤਰ੍ਹਾਂ ਦੀ ਲਗਾਮ ਹੈ ਰਿਸਟ੍ਰੇਂਟ ਉਹ ਉਸ ਨੂੰ ਥੋੜੀ ਜੀ ਲਗਾਮ પા ਕੇ ਰੱਖਦਾ ਹੈ ਡਿਸਪਲਿਨ ਹਮੇਸ਼ਾ ਆਜ਼ਾਦੀ ਨੂੰ ਇਸ ਕਰਕੇ ਸਾਡੇ ਚੋਂ ਕਈਆਂ ਦੀ ਇੱਕ ਨੇਚਰਲ ਟੈਂਡੈਂਸੀ ਹੈ ਨੇਚਰਲ ਇਨਕਲਿਨੇਸ਼ਨ ਹੈ ਮਤਲਬ ਇੱਕ ਝੁਕਾਅ ਹੈ ਸਾਡਾ ਕੁਦਰਤੀ ਝੁਕਾਅ ਹੈ ਕਿ ਅਸੀਂ ਇਸ ਨੂੰ ਐਵੋਇਡ ਕਰੀਏ ਕਿਸ ਨੂੰ ਐਵੋਇਡ ਕਰੀਏ ਡਿਸਪਲਿਨ ਨੂੰ ਕਿਉਂਕਿ ਡਿਸਪਲਿਨ ਸਾਡੀ ਆਜ਼ਾਦੀ ਨੂੰ ਥੋੜੀ ਜੀ ਮਤਲਬ ਘਟਾ ਕੇ ਰੱਖਦਾ ਹੈ ਤਾਂ ਹਮੇਸ਼ਾ ਸਾਨੂੰ ਕੋਸ਼ਿਸ਼ ਇਹ ਹੁੰਦੀ ਹੈ ਕਿ ਆਪਾਂ ਡਿਸਪਲਿਨ ਨੂੰ ਨਾ ਮੰਨੀਏ ਪਰ ਕਹਿੰਦੇ ਅਸੀਂ ਇਹ ਨਹੀਂ ਕਰ ਸਕਦੇ ਬਟ ਵੀ ਕੈਨ ਨੋਟ ਅਸੀਂ ਡਿਸਪਲਿਨ ਨੂੰ ਨਕਾਰ ਨਹੀਂ ਸਕਦੇ ਕਿਉਂ ਨਹੀਂ ਨਕਾਰ ਸਕਦੇ ਕਿਉਂਕਿ ਕਹਿੰਦੇ ਜਿਹੜਾ ਇਨਸਾਨ ਹੈ ਐਵਰ ਸਿንስ ਦਾ ਡਿਮ ਪ੍ਰੀ ਹਿਸਟੋਰਿਕ ਪਾਸਟ ਪੁਰਾਤਨ ਯੁੱਗ ਤੋਂ ਉਹਦੇ ਕੋਲੇ ਕੋਈ ਆਪਸ਼ਨ ਨਹੀਂ ਸੀ ਕੋਈ ਉਹਦੇ ਕੋਲੇ ਵਿਕਲਪ ਨਹੀਂ ਸੀ ਕਿਹਦਾ ਕਿਹਦਾ ਵਿਕਲਪ ਨਹੀਂ ਸੀ ਕਿ ਉਸ ਨੂੰ ਡਿਸਪਲਿਨ ਨੂੰ ਚਾਹੇ ਉਹ ਕਿਸੇ ਤਰ੍ਹਾਂ ਦਾ ਵੀ ਹੈ ਸਮ ਕਾਈਂਡ ਕਿਸੇ ਵੀ ਤਰ੍ਹਾਂ ਦਾ ਉਹ ਡਿਸਪਲਿਨ ਹੈ ਉਸ ਨੂੰ ਮੰਨਣਾ ਹੀ ਪੈਣਾ ਹੈ ਬੱਚਿਓ ਇੱਥੇ ਮੈਂ ਥੋੜੀ ਗੱਲ ਕਲੀਅਰ ਕਰਨਾ ਚਾਹੂੰਗਾ ਕਿ ਇੱਥੇ ਰਾਈਟਰ ਨੇ ਇੱਕ ਵਰਡ ਯੂਜ਼ ਕੀਤਾ ਨੇ ਦ ਡਿਮ ਪ੍ਰੀ ਹਿਸਟੋਰੀਕ ਪਾਸਟ ਦ ਡਿਮ ਪ੍ਰੀ ਹਿਸਟੋਰੀਕ ਪਾਸ ਦਾ ਮਤਲਬ ਕੀ ਹੈ ਪ੍ਰੀ ਹਿਸਟੋਰੀਕ ਪਾਸਟ ਕਿਹਾ ਜਾਂਦਾ ਬੱਚਿਓ ਉਸ ਟਾਈਮ ਨੂੰ ਜਿਸ ਟਾਈਮ ਦੇ ਵਿੱਚ ਸਾਡੇ ਕੋਲੇ ਕੋਈ ਰਿਟਨ ਰਿਕਾਰਡ ਹਿਊਮਨ ਐਗਜ਼ਿਸਟੈਂਸ ਦੇ ਜਾਂ ਮਨੁੱਖ ਦੀ ਹੋਣ ਦੇ ਨਹੀਂ ਮਿਲਦੇ ਤਾਂ ਜਿਸ ਟਾਈਮ ਤੋਂ ਸਾਨੂੰ ਰਿਟਨ ਰਿਕਾਰਡ ਮਿਲਣ ਲੱਗੇ ਨੇ ਉਸ ਤੋਂ ਪਹਿਲਾਂ ਵਾਲਾ ਜਿਹੜਾ ਟਾਈਮ ਹੈ ਉਸ ਨੂੰ ਸੀ ਡਿਮ ਪ੍ਰੀ ਹਿਸਟੋਰੀਕ ਪਾਸਟ ਕਹਿੰਦੇ ਹੈ ਤਾਂ ਇਸ ਦੇ ਵਿੱਚ ਬੇਸਿਕਲੀ ਬੱਚੇਓ ਤਿੰਨ ਯੁੱਗ ਆਂਦੇ ਨੇ ਤਾਂ ਪਹਿਲਾ ਜਿਵੇਂ ਕਿ ਤੁਸੀਂ ਪਿਕ ਦੇ ਵਿੱਚ ਦੇਖ ਰਹੇ ਹੋ ਸਟੋਨ 에ਜ ਆਂਦੀ ਹੈ ਪੱਥਰ ਯੁੱਗ ਆਂਦਾ ਹੈ ਦੂਜਾ ਯੁੱਗ ਤੁਹਾਡਾ ਕਾਂਸੀ ਯੁੱਗ ਜਿਸ ਨੂੰ ਦਾ ਬ੍ਰੌਂਜ਼ 에ਜ ਕਹਿੰਦੇ ਨੇ ਉਹ ਆਂਦੀ ਹੈ ਤੇ ਤੀਸਰੀ ਪਿਕ ਦੇ ਵਿੱਚ ਬੱਚੇਓ ਤੁਸੀਂ ਦੇਖ ਰਹੇ ਹੋ ਦਾ ਆਇਰਨ 에ਜ ਜਿਸ ਨੂੰ ਅਸੀਂ ਲੋਹੇ ਵਾਲਾ ਯੁੱਗ ਕਹਿੰਦੇ ਆ ਤਾਂ ਇਹ ਤਿੰਨੇ ਯੁੱਗ ਜਿਹੜੇ ਨੇ ਤਿੰਨੇ 에ਜ ਜਿਹੜੀਆਂ ਨੇ ਇਹ ਹੀ प्रीहिस्टोरिक पास्ट ਆਂਦੀ ਐ ਬਿਕੋਜ਼ ਇਸ ਦਾ ਸਾਡੇ ਕੋਲੇ ਕੋਈ ਰਿਟਨ ਰਿਕਾਰਡ ਨਹੀਂ ਹੈ ਤਾਂ ਤੁਹਾਡੀ ਜਾਣਕਾਰੀ ਲਈ ਮੈਂ ਸਾਰਾ ਦੱਸਿਆ ਹੈ ਉਸ ਤੋਂ ਬਾਅਦ ਫੋਰਾ ਮਾਡਰਨ ਮੈਨ ਹੁਣੋ ਅੱਜ ਕੱਲ ਦੇ ਇਨਸਾਨ ਦੀ ਗੱਲ ਕਰਦਾ ਹੈ ਕਹਿੰਦਾ ਜਿਹੜਾ ਅਜੋਕਾ ਇਨਸਾਨ ਹੈ ਉਹ ਤਾਂ ਬਹੁਤ ਹੀ ਕੰਪਲੈਕਸ ਕਮਿਊਨिटीज ਦੇ ਵਿੱਚ ਰਹਿੰਦਾ ਹੈ ਕਮਿਊਨਿਟੀ ਦਾ ਮਤਲਬ ਸਮੁਦਾਇ ਸਮਾਜ ਬਹੁਤ ਹੀ ਕੰਪਲੈਕਸ ਸਮਾਜ ਹੈ ਬੜਾ ਗੁੰਝਲਦਾਰ ਜਿਹਾ ਸਮੁਦਾਇ ਹੈ ਉਹਦੇ ਵਿੱਚ ਰਹਿੰਦਾ ਜਿਸ ਦੇ ਜਿਸ ਦੇ ਵਿੱਚ ਹਰ ਇੱਕ ਜਿਹੜਾ ਇਨਸਾਨ ਹੈ ਇੰਡੀਵਿਜੂਅਲ ਹੈ ਉਸ ਨੂੰ ਡਿਪੈਂਡੈਂਟ ਹੋਣਾ ਪੈਂਦਾ ਹੈ ਅਨਦਰ ਦੂਸਰੇ ਬੰਦਿਆਂ ਤੇ ਦੂਸਰੇ ਬੰਦਿਆਂ ਤੇ ਉਸ ਨੂੰ ਹਰ ਇੱਕ ਚੀਜ਼ ਦੀ ਜ਼ਰੂਰਤ ਹੈ ਕੋਈ ਵੀ ਮੰਨ ਲਓ ਅਸੀਂ ਬਾਜ਼ਾਰ ਦੇ ਵਿੱਚ ਜਾਂਦੇ ਆ ਤਾਂ ਸਾਨੂੰ ਕੋਈ ਚੀਜ਼ਾਂ ਦੀ ਲੋੜ ਹੈ ਤਾਂ ਅਸੀਂ ਉਹ ਤੋਂ ਖਰੀਦ ਕੇ ਲੈ ਆਂਦੇ ਆ ਤਾਂ ਅਸੀਂ ਇੱਕ ਦੂਜੇ ਦੇ ਡਿਪੈਂਡੈਂਟ ਹੈ ਇਸ ਕਰਕੇ ਡਿਸਪਲਿਨ ਜਿਹੜਾ ਹੈ ਉਹ ਅਨਐਵੋਇਡੇਬਲ ਹੋ ਚੁੱਕਿਆ ਅਨਐਵੋਇਡੇਬਲ ਦਾ ਮਤਲਬ ਜਿਸ ਨੂੰ ਕਿ ਅਸੀਂ ਐਵੋਇਡ ਹੀ ਨਹੀਂ ਕਰ ਸਕਦੇ ਅਸੀਂ ਇਸ ਨੂੰ ਇਗਨੋਰ ਨਹੀਂ ਕਰ ਸਕਦੇ ਹੁਣ ਤਾਂ ਡਿਸਪਲਿਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਦ ਸਟੂਡੈਂਟਸ ਇਸ ਪੈਰੇ ਦੇ ਵਿੱਚ ਪੂਰੇ ਪੈਰੇ ਦੇ ਵਿੱਚ ਰਾਈਟਰ ਇਹ ਕਹਿਣਾ ਚਾਹੁੰਦਾ ਹੈ ਕਹਿੰਦਾ ਡਿਸਪੀਸਪਲਨ ਚਾਹੀਏ ਸਾਡਾ ਕੋਈ 올ਡ ਏਜ ਹੋਵੇ ਚਾਹੇ ਸਾਡੀ ਮਾਡਰਨ ਏਜ ਹੈ ਡਿਸਪੀਸਪਲਨ ਦੀ ਜ਼ਰੂਰਤ ਹਰ ਜਗ੍ਹਾ ਰਹੀ ਹੈ ਹੁਣ ਅਗਲੇ ਪੈਰੇ ਦੇ ਵਿੱਚ ਉਹ ਕਹਿੰਦਾ ਹੈ ਕਹਿੰਦਾ ਜਿਹੜਾ ਹਿਸਟਰੀ ਹੈ ਸਾਨੂੰ ਇਤਿਹਾਸ ਸੇ ਸਿਖਾਉਂਦਾ ਹੈ ਕਿ ਜਦੋਂ ਸਪੋਜ਼ ਕਰੋ ਸੋਸਾਇਟੀ ਦੇ ਵਿੱਚ ਕੋਈ ਆਈਡਲਨੈਸ ਆ ਜਾਂਦੀ ਹੈ ਮਤਲਬ ਵੇਲ ਪਣਾ ਜਾ ਜਾਂਦਾ ਕਿ ਕੰਮ ਹੀ ਨਹੀਂ ਕਰਨਾ ਲੋਕ ਇਸ ਤਰ੍ਹਾਂ ਸੋਚਦੇ ਨੇ ਜਾਂ ਕੋਈ ਵੀਕਨੈਸ ਆ ਜਾਂਦੀ ਹੈ ਕੋਈ ਕਮਜ਼ੋਰੀ ਆ ਜਾਂਦੀ ਹੈ ਉਹ ਕਮਜ਼ੋਰੀ ਕੋਈ ਵੀ ਹੋ ਸਕਦੀ ਹੈ ਆ ਜਾਂ ਫੈਕਸ਼ਨ ਫੈਕਸ਼ਨ ਦਾ ਮਤਲਬ ਹੁੰਦਾ ਬੱਚਿਓ ਵੀ ਜਿਵੇਂ ਆਪਾਂ ਟੁੱਟ ਜਾਈਏ ਆਪਸ ਵਿੱਚ ਹੀ ਮਤਲਬ ਟੁੱਟ ਕੇ ਰਹਿਣ ਲੱਗ ਜਾਈਏ ਇੱਕ ਦੂਜੇ ਨੂੰ ਬੁਲਾਈਏ ਹੀ ਨਾ ਬਹੁਤ ਸਾਰੇ ਗਰੁੱਪ ਹੀ ਬਣਾ ਲੀਏ ਇਸ ਤਰ੍ਹਾਂ ਦੀ ਉਹਨੂੰ ਫੈਕਸ਼ਨ ਕਹਿੰਦੇ ਨੇ ਤਾਂ ਸੈਂਸ ਆਫ ਆਰਡਰ ਫੀਡਸ ਕਹਿੰਦੇ ਜਿਹੜਾ ਆਰਡਰ ਹੈ ਨਾ ਜੋ ਕਿਸੇ ਵੀ ਕਿਸੇ ਵੀ ਦੇਸ਼ ਨੂੰ ਚਲਾਣ ਦੀ ਕੋਈ ਇੱਕ ਕਿਰਿਆ ਹੈ ਉਹ ਫੇਲ ਹੋ ਜਾਂਦੀ ਹੈ ਫੇਡ ਹੋ ਜਾਂਦੀ ਹੈ ਮਤਲਬ ਦਬ ਜਾਂਦੀ ਹੈ ਉਹ ਕਿਸੇ ਵੀ ਨੇਸ਼ਨ ਦੇ ਵਿੱਚ ਅਤੇ ਨਾਲ ਕੀ ਹੁੰਦਾ ਹੈ ਕਿ ਉਸ ਦੇਸ਼ ਦਾ ਜਿਹੜਾ ਆਰਥਿਕ ਜੋ ਉਸ ਦੀ ਸਥਿਤੀ ਹੁੰਦੀ ਹੈ ਉਹ ਗਰਥ ਚਲੀ ਜਾਂਦੀ ਹੈ ਸਿੰਕਸ ਇਨਟੂ ਡਿਕੇ ਬਿਲਕੁਲ ਉਸ ਦਾ ਜੋ ਆਰਥਿਕ ਢਾਂਚਾ ਹੁੰਦਾ ਵਿਗੜ ਜਾਂਦਾ ਹੈ ਤੇ ਲੋਕਾਂ ਦਾ ਜਿਹੜਾ ਸਟੈਂਡਰਡ ਆਫ ਲੀਵਿੰਗ ਹੈ ਜੋ ਜੀਵਨ ਪੱਧਰ ਹੈ ਉਹ ਗਿਰ ਜਾਂਦਾ ਹੈ ਉੱਚਾ ਨਹੀਂ ਰਹਿੰਦਾ ਥੱਲੇ ਚਲਾ ਜਾਂਦਾ ਤੇ ਹੋਰ ਜਿਹੜੀ ਸਿਕਿਉਰਟੀ ਹੈ ਉਸ ਦੇਸ਼ ਦੀ ਜੋ ਸੁਰੱਖਿਆ ਹੈ ਵੈਨਿਸ਼ੀਸ ਖਤਮ ਹੋ ਜਾਂਦੀ ਹੈ ਵੈਨਿਸ਼ੀ ਦਾ ਮਤਲਬ ਹੁੰਦਾ ਲੋਪ ਹੋ ਜਾਣਾ ਬਿਲਕੁਲ ਹੀ ਖਤਮ ਹੋ ਜਾਂਦੀ ਹੈ ਫਿਰ ਜਦੋਂ ਇੰਨਾ ਸਾਰਾ ਕੁਝ ਹੁੰਦਾ ਹੈ ਤਾਂ ਫਿਰ ਕੀ ਹੁੰਦਾ ਵਨ ਆਫ ਟੂ ਥਿੰਗਸ ਹੈਪਨਸ ਇਹ ਦੋ ਚੀਜ਼ਾਂ ਦੇ ਵਿੱਚੋਂ ਇੱਕ ਚੀਜ਼ ਵਾਪਰਦੀ ਹੈ ਹੁਣ ਉਹ ਦੋ ਗੱਲਾਂ ਕਿਹੜੀਆਂ ਨੇ ਕਹਿੰਦੇ ਜਾਂ ਤਾਂ ਫਿਰ ਕੋਈ ਮਜ਼ਬੂਤ ਮਿਲਿਟੈਂਟ ਗਰੁੱਪ ਹੈ ਜਿਹੜਾ ਮਤਲਬ ਅਤਵਾਦੀਆਂ ਦਾ ਕੋਈ ਸਮੂਹ ਹੈ ਜਿਹੜਾ ਕਿ ਬੜਾ ਮਜ਼ਬੂਤ ਹੈ ਉਹ ਆ ਕੇ ਦੇਸ਼ ਤੇ ਕਬਜ਼ਾ ਕਰ ਲੈਂਦਾ ਕਿਉਂਕਿ ਦੇਸ਼ ਦੀ ਹਾਲਤ ਬਹੁਤ ਹੀ ਖਸਤਾ ਹੈ ਕੋਈ ਕੰਟਰੋਲ ਨਹੀਂ ਕੋਈ ਕੁਝ ਨਹੀਂ ਤਾਂ ਆ ਕੇ ਉਸ ਅਤਵਾਦੀਆਂ ਦੇ ਗਰੁੱਪ ਨੇ ਉਸ ਦੇਸ਼ ਤੇ ਕਬਜ਼ਾ ਕਰ ਲਿਆ ਜਾਂ ਅਤੇ ਉਹ ਆ ਕੇ ਕੀ ਕਰਦੇ ਹਨ ਫਿਰ ਉਹ ਇੰਪੋਜ਼ ਇਟਸ ਓਨ ਬ੍ਰਾਂਡ ਆਫ ਡਿਸਪਲਿਨ ਆਪਣੀ ਕੋਈ ਡਿਸਪਲਿਨ ਹੈ ਅਨੁਸ਼ਾਸਨ ਹੈ ਉਸ ਨੂੰ ਉਸ ਤੇ ਲੱਦਣ ਦੀ ਕੋਸ਼ਿਸ਼ ਕਰਦੇ ਨੇ ਅਸੀਂ ਇਹ ਚੀਜ਼ ਅਫਗਾਨਿਸਤਾਨ ਦੇ ਵਿੱਚ ਬੱਚਿਓ ਦੇਖ ਚੁੱਕੇ ਕਿ ਕਿਸ ਤਰ੍ਹਾਂ ਉੱਥੇ ਮਨੁੱਖੀ ਅਧਿਕਾਰਾਂ ਦਾ ਹਾਨ ਹੋਇਆ ਤੇ ਉੱਥੇ ਕਿਸ ਤਰ੍ਹਾਂ ਮਿਲਿਟੈਂਟ ਗਰੁੱਪਸ ਨੇ ਕਬਜ਼ਾ ਕਰੀ ਰੱਖਿਆ ਹੈ ਆ ਜਾਂ ਫਿਰ ਕੀ ਹੁੰਦਾ ਹੈ ਕਿ ਕੋਈ ਡਿਕਟੇਟਰ ਕੋਈ ਤਾਨਾਸ਼ਾਹ ਖੜਾ ਹੁੰਦਾ ਹੈ ਅਤੇ ਫਿਰ ਉਹ ਕੀ ਕਰਦਾ ਹੈ ਕਲੈਂਪਸ ਡਾਊਨ ਦਾ ਆਇਰਨ ਕੰਟਰੋਲ ਆਫ ਦਾ ਪੁਲਿਸ ਸਟੇਟ ਤੇ ਪੂਰੀ ਰਾਜ ਦੇ ਵਿੱਚ ਇੱਕ ਆਇਰਨ ਕੰਟਰੋਲ ਲਾ ਦਿੰਦਾ ਹੈ ਮਤਲਬ ਕਿ ਡੰਡੇ ਵਾਲਾ ਰਾਜ ਲਾ ਦਿੰਦਾ ਹੈ ਕਲੈਂਪਸ ਡਾਊਨ ਕਰ ਦਿੰਦਾ ਸਭ ਕੁਝ ਜਕੜ ਦਿੰਦਾ ਕਲੈਂਪ ਡਾਊਨ ਦਾ ਮਤਲਬ ਹੁੰਦਾ ਜਕੜ ਦੇਣਾ ਕੋਈ ਕਿਸੇ ਨੂੰ ਅਧਿਕਾਰ ਨਹੀਂ ਕੋਈ ਕਿਸੇ ਦਾ ਕੋਈ ਫਰੀडम ਨਹੀਂ ਕੋਈ ਲਿਬਰਟੀ ਨਹੀਂ ਸਭ ਕੁਝ ਖਤਮ ਕਰ ਦਿੰਦਾ ਜਿਸ ਤਰ੍ਹਾਂ ਕਿ ਹਿਟਲਰ ਨੇ ਕੀਤਾ ਸੀ ਜਰਮਨੀ ਦੇ ਵਿੱਚ ਤੁਹਾਨੂੰ ਪਤਾ ਹੈ ਸੈਕੰਡ ਵਰਲਡ ਵਾਰ ਤੋਂ ਪਹਿਲਾਂ ਤਾਂ ਸਟੂਡੈਂਟਸ ਕਿਸੇ ਨਾ ਕਿਸੇ ਤਰੀਕੇ ਨਾਲ ਫਾਈਨਲੀ ਇਵੈਂਚੂਅਲੀ ਦਾ ਮਤਲਬ ਅਖੀਰ ਫਾਈਨਲੀ ਡਿਸਪਲਿਨ ਫੇਰ ਇਨਫੋਰਸ ਹੋ ਜਾਂਦਾ ਹੈ ਡਿਸਪਲਿਨ ਫੇਰ ਆ ਜਾਂਦਾ ਹੈ ਪੂਰੇ ਉਸ ਰਾਸ਼ਟਰ ਦੇ ਵਿੱਚ ਦੇਸ਼ ਤੇ ਚਾਹੇ ਉਹ ਮਿਲਿਟੈਂਟਸ ਆ ਕੇ ਉਸੇ ਆਪਣਾ ਜਿਹੜਾ ਬ੍ਰਾਂਡ ਆਫ ਡਿਸਪਲਿਨ ਲਾਗੂ ਕਰਦੇ ਹਨ ਜਾਂ ਫਿਰ ਕੋਈ ਤਾਨਾਸ਼ਾਹ ਜਿਹੜਾ ਹੈ ਉਸ ਦੇਸ਼ ਦੇ ਉੱਪਰ ਆਪਣਾ ਡਿਸਪਲਿਨ ਲਾਗੂ ਕਰਤੇ ਪੁਲਿਸ ਵਾਲਾ ਤਾਂ ਪ੍ਰੋਬਲਮ ਇਹ ਨਹੀਂ ਹੈ ਕਿ ਅਸੀਂ ਡਿਸਪਲਿਨ ਨੂੰ ਐਕਸੈਪਟ ਕਰਨਾ ਹੈ ਜਾਂ ਨਹੀਂ ਕਰਨਾ ਔਰ ਕੁਐਸਚਨ ਇੱਥੇ ਦੇਖੋ ਪੁੱਛਦਾ ਹੈ ਸਾਡੇ ਕੋਲੇ ਰਾਈਟਰ ਪੁੱਛਦਾ ਹੈ ਕਹਿੰਦੇ ਪ੍ਰੋਬਲਮ ਇਸ ਗੱਲ ਦੀ ਨਹੀਂ ਕਿ ਅਸੀਂ ਡਿਸਪੀਸਪਲਨ ਨੂੰ ਮੰਨੀਏ ਜਾਂ ਨਾ ਮੰਨੀਏ ਸੂਨਰ অর ਲੇਟਰ ਵੀ ਹੈਵ ਟੂ ਹੁਣ ਜਾਂ ਬਾਅਦ ਵਿੱਚ ਸੂਨਰ অর ਲੇਟਰ ਜਲਦੀ ਹੀ ਜਾਂ ਬਾਅਦ ਵਿੱਚ ਸਾਨੂੰ ਡਿਸਪੀਸਪਲਨ ਨੂੰ ਤਾਂ ਮੰਨਣਾ ਹੀ ਪਏਗਾ ਕੋਈ ਨਾ ਕੋਈ ਆ ਕੇ ਮਨਾਉ ਸਾਨੂੰ ਜਾਂ ਮਿਲਿਟੈਂਟ ਪਾਵਰ ਆ ਕੇ ਮਨਾਉ ਜਾਂ ਕੋਈ ਤਾਨਾਸ਼ਾ ਆ ਕੇ ਮਨਾਉ ਡਿਸਪਲਿਨ ਤਾਂ ਸਾਨੂੰ ਮੰਨਣਾ ਹੀ ਪਊਗਾ ਗੱਲ ਇਹ ਹੈ ਕਿ ਹਾਊ ਸ਼ਲ ਵੀ ਐਕਸੈਪਟਡ ਦੇਖੋ ਕਿੰਨਾ ਅੱਛਾ ਕੁਐਸਚਨ ਪੁੱਛਿਆ ਕਿ ਅਸੀਂ ਕਿਸ ਤਰ੍ਹਾਂ ਡਿਸਪਲਿਨ ਨੂੰ ਮੰਨੀਏ ਡਿਸਪਲਿਨ ਤਾਂ ਮੰਨਣਾ ਹੀ ਪਊਗਾ ਪਰ ਅਸੀਂ ਕਿੱਦਾਂ ਦਾ ਡਿਸਪਲਿਨ ਚਾਹਨੇ ਆ ਕਿ ਸਾਡੇ ਤੇ ਲਾਗੂ ਹੋਵੇ ਗੱਲ ਇਸ ਚੀਜ਼ ਦੀ ਹੈ ਹੁਣ ਉਹ ਡਿਸਪਲਿਨ ਕਿਹੜਾ ਹੋ ਸਕਦਾ ਹੈ ਸ਼ਲਡ ਬੀ ਇੰਪੋਜ਼ਡ ਬਾਈ ਫਿਜ਼ੀਕਲ ਵਾਇਲੈਂਸ ਕਿ ਸਾਡੇ ਤੇ ਮਾਰਕੁੱਟ ਹੋਵੇ ਤਾਂ ਅਸੀਂ ਡਿਸਪਲਿਨ ਬਣੀਏ ਅਨੁਸ਼ਾਸਨ ਚਾਹੀ ਤਾਂ ਰਹਾਂਗੇ ਕਿ ਸਾਡੇ ਤੇ ਕੋਈ ਕੁੱਟਮਾਰ ਕਰੇਗਾ ਕਿਉਂਕਿ ਸਾਨੂੰ ਪਤਾ ਹੈ ਕਿ ਸਾਡੇ ਦੇ ਉੱਪਰ ਡੰਡਾ ਹੈ ਜਾਂ ਫਿਰ ਸਾਡੇ ਦੇਸ਼ ਦਾ ਹੀ ਹਾਲਤ ਇੰਨੀ ਮਾੜੀ ਹੋ ਗਈ ਇਕਨੋਮਿਕ ਨੀਸੈਸਿਟੀ ਹੈ ਪੂਰੀ ਗ੍ਰਿਮ ਸਿਚੁਏਸ਼ਨ ਹੈ ਸੀਰੀਅਸ ਸਿਚੁਏਸ਼ਨ ਹੈ ਸਾਡੇ ਦੇਸ਼ ਦੀ ਅਰਥ ਜਿਹੜਾ ਆਰਥਿਕ ਹਾਲਾਤ ਹੈ ਬਿਲਕੁਲ ਹੀ ਵਿਗੜ ਗਿਆ ਯਾ ਫਿਰ ਦੂਜਾ ਤਰੀਕਾ ਕੀ ਹੈ ਕੇਸੀ ਬਾਈਕ ਕਨਸੈਂਟ ਐਂਡ ਅੰਡਰਸਟੈਂਡਿੰਗ ਅਸੀਂ ਆਪਣੀ ਆਪਣੇ ਅੰਦਰੋਂ ਮੰਨ ਮੰਨੀਏ ਡਿਸਪਲਿਨ ਨੂੰ ਅਤੇ ਆਪਸੀ ਸੂਝ-ਬੂਝ ਦੇ ਨਾਲ ਸਮਝ ਦੇ ਨਾਲ ਅਸੀਂ ਡਿਸਪਲਿਨ ਨੂੰ ਸਵੀਕਾਰ ਕਰੀਏ ਤਾਂ ਹੁਣ ਕੁਐਸਚਨ ਇਹ ਹੈ ਕਿ ਸਾਨੂੰ ਡਿਸਪਲਿਨ ਤਾਂ ਮੰਨਣਾ ਹੀ ਪਊਗਾ ਡਿਸਪਲਿਨ ਅਸੀਂ ਕਿਸ ਤਰ੍ਹਾਂ ਮੰਨਣਾ ਹੈ ਅਸੀਂ ਡੰਡੇ ਦੇ ਜ਼ੋਰ ਵਾਲਾ ਡਿਸਪਲਿਨ ਮੰਨਣਾ ਹੈ ਯਾ ਅਸੀਂ ਆਪ ਆਤਮ ਡਿਸਿਪਲਨ ਆਤਮ ਨੁਸ਼ਾਸਨ ਚ ਰਹਿ ਕੇ ਅਸੀਂ ਕਹਿਣਾ ਕਿ ਹਾਂ ਠੀਕ ਹੈ ਜੀ ਅਸੀਂ ਅਨੁਸ਼ਾਸਨ ਚ ਰਹਿਣਾ ਚਾਹੁੰਦੇ ਆ ਤਾਂ ਫਿਰ ਉਹ ਕੁਐਸਚਨ ਪੁੱਛਦਾ ਹੈ ਸ਼ਲ ਇਟ ਕਮ ਫਰੋਮ ਵਿਦਾਊਟ অর ਫਰੋਮ ਵਿਦੀਨ ਇਥੇ ਇਟ ਦਾ ਮਤਲਬ ਡਿਸਿਪਲਨ ਤੋਂ ਹੈ ਉਹ ਕਹਿੰਦਾ ਜਿਹੜਾ ਡਿਸਿਪਲਨ ਹੈ ਉਹ ਸਾਡੇ ਫਰੋਮ ਵਿਦੀਨ ਅੰਦਰੋਂ ਆਵੇ ਜਾਂ ਬਾਹਰੋਂ ਆਵੇ ਹੁਣ ਬਾਹਰੋਂ ਡਿਸਿਪਲਨ ਕਿਹੜਾ ਹੋਊਗਾ ਉਹ ਫੇਰ ਤਾਂ ਡੰਡਿਆ ਲਾਊਗਾ ਜੋ ਇੱਕ ਤਾਨਾਸ਼ਾਹ ਕਰਦਾ ਹੈ ਜਾਂ ਮਿਲਿਟੈਂਟ ਗਰੁੱਪ ਕਰਦਾ ਹੈ ਵਿਥਿਨ ਕਿਹੜਾ ਆਏਗਾ ਸੈਲਫ ਡਿਸਿਪਲਨ ਤਾਂ ਬੱਚਿਓ ਇਸ ਪੈਰੇ ਦੇ ਵਿੱਚ ਫੇਰ ਜਿਹੜਾ ਰਾਈਟਰ ਹੈ ਉਹ ਸੈਲਫ ਡਿਸਿਪਲਨ ਅਤੇ ਜਿਹੜਾ ਐਨਫੋਰਸਡ ਡਿਸਿਪਲਨ ਦੀ ਗੱਲ ਕਰ ਰਿਹਾ ਹੈ ਕਿ ਡਿਸਿਪਲਨ ਤਾਂ ਸਾਨੂੰ ਮੰਨਣਾ ਹੀ ਪੈਣਾ ਬੱਚਿਓ ਜਾਂ ਤਾਂ ਅਸੀਂ ਸੈਲਫ ਡਿਸਿਪਲਨ ਦੇ ਨਾਲ ਅਸੀਂ ਆਪਣੇ ਦੇਸ਼ ਨੂੰ ਮਜ਼ਬੂਤ ਬਣਾਈਏ ਆਪਣੇ ਆਪ ਨੂੰ ਮਜ਼ਬੂਤ ਬਣਾਈਏ ਨਹੀਂ ਤਾਂ ਫੇਰ ਕੋਈ ਨਾ ਕੋਈ ਆ ਕੇ ਮਿਲਿਟੈਂਟ ਗਰੁੱਪ ਜਾਂ ਕੋਈ ਤਾਂ ਨਸ਼ਾ ਛੱਡ ਦੇ ਐਨਫੋਰਸਡ ਡਿਸਿਪਲਨ ਲਾਊਗਾ ਹੀ ਲਾਊਗਾ ਹੁਣ ਇਸ ਪੈਰੇ ਦੇ ਵਿੱਚ ਬੱਚਿਓ ਫੇਰ ਜਿਹੜਾ ਰਾਈਟਰ ਹੈ ਉਹ ਫੇਰ ਸੈਲਫ ਡਿਸਿਪਲਨ ਤੇ ਐਨਫੋਰਸਡ ਡਿਸਿਪਲਨ ਦੀ ਬਾਰੇ ਗੱਲ ਕਰਦਾ ਹੈ ਉਹ ਕਹਿੰਦੇ ਜਦੋਂ ਵੀ ਵਰਡ ਡਿਸਿਪਲਨ ਸਾਡੇ ਮਾਈਂਡ ਚ ਆਂਦਾ ਹੈ ਮੰਨ ਲਓ ਸਾਡੇ ਅੱਗੇ ਕੋਈ ਵੀ ਬੰਦਾ ਡਿਸਿਪਲਨ ਸ਼ਬਦ ਲਵੇ ਤਾਂ ਸਾਡੇ ਜਿਹੜੀ ਮਾਈਂਡ ਦੀ ਸਕਰੀਨ ਤੇ ਜਿਹੜੀ ਚੀਜ਼ ਫਲੈਸ਼ ਕਰਦੀ ਹੈ ਜੋ ਚਲਕੀ ਮਾਰਦੀ ਹੈ ਉਹ ਕਿਹੜਾ ਹੈ ਕਿ ਇੱਕ ਜੈਕ ਬੂਟਡ ਕਮਿਸਾਰ ਹੈ ਜੈਕ ਬੂਟਡ ਤੁਹਾਨੂੰ ਪਤਾ ਹੈ ਬੱਚਿਓ ਜਿਹੜੇ ਲੰਬੇ ਲੰਬੇ ਜਿਹੇ ਬੂਟ ਹੁੰਦੇ ਨੇ ਜੋ ਫੌਜੀਆਂ ਨੇ ਪਾਏ ਹੁੰਦੇ ਨੇ ਤਾਂ ਉਸ ਤਰ੍ਹਾਂ ਦੇ ਬੂਟ ਇੱਕ ਕਮਿਸ਼ਨਰ ਨੇ ਪਾਏ ਹੋਏ ਨੇ ਕਮਿਸ਼ਨਰ ਮਤਲਬ ਇੱਕ ਫੌਜ ਦੀ ਟੁਕੜੀ ਦਾ ਜਿਹੜਾ ਹੈੱਡ ਹੁੰਦਾ ਹੈ ਜੋ ਫੌਜ ਦੀ ਟੁਕੜੀ ਨੂੰ ਲੀਡ ਕਰਦਾ ਉਹਨੂੰ ਕਹਿੰਦੇ ਨੇ ਕਿ ਉਹ ਕੀ ਕਰ ਰਿਹਾ ਹੈ ਉਹ ਕਮਾਂਡਸ ਦੇ ਰਿਹਾ ਹੈ ਬੜੀ ਉੱਚੀ ਉੱਚੀ ਆਵਾਜ਼ ਸੇ ਬੋਲਿੰਗ ਦਾ ਮਤਲਬ ਹੁੰਦਾ ਹੈ ਬੜੀ ਉੱਚੀ ਆਵਾਜ਼ ਸੇ ਬੋਲਣਾ ਉਹ ਹੁਕਮ ਦੇ ਰਿਹਾ ਹੈ ਕਿਸੇ ਚੌਕ ਤੇ ਖੜਾ ਬੈਰਿਕ ਸਕੁਅਰ ਦਾ ਮਤਲਬ ਕੋਈ ਚੌਕ ਹੈ ਉੱਥੇ ਖੜਾ ਕਿਸ ਨੂੰ ਦੇ ਰਿਹਾ ਹੈ ਐ ਟ੍ਰੈਂਪਿੰਗ ਸਕੁਐਡ ਸਕਵਾਡ ਦਾ ਮਤਲਬ ਹੁੰਦਾ ਬੱਚੋ ਫੌਜ ਦੀ ਟੁਕੜੀ ਟ੍ਰੈਂਪਿੰਗ ਚੱਲਦੀ ਹੋਈ ਤਾਂ ਉਹ ਚੱਲਦੀ ਹੋਈ ਟੁਕੜੀ ਨੂੰ ਕਮਾਂਡ ਕਰ ਰਿਹਾ ਹੈ ਤਾਂ ਸਾਨੂੰ ਇੱਥੇ ਰਾਈਟਰ ਇਹ ਕਹਿਣਾ ਚਾਹੁੰਦਾ ਕਿ ਸਾਡੇ ਮਨ 'ਚ ਜਦੋਂ ਵੀ ਡਿਸਪਲਿਨ ਸ਼ਬਦ ਆਉਂਦਾ ਹੈ ਤਾਂ ਸਾਨੂੰ ਇਸ ਤਰ੍ਹਾਂ ਦਾ ਇੱਕ ਇਨਸਾਨ ਸਾਡੇ ਦਿਮਾਗ 'ਚ ਆਉਂਦਾ ਹੈ ਜਿਹੜਾ ਕਿ ਫੌਜ ਦੀ ਟੁਕੜੀ ਦੇ ਅੱਗੇ ਕਮਾਂਡ ਦੇ ਰਿਹਾ ਹੈ ਜਿਸ ਨੇ ਵੱਡੇ ਵੱਡੇ ਬੂਟ ਪਾਏ ਹੋਏ ਨੇ ਤਾਂ ਡਿਸਪਲਿਨ ਸਾਡੇ ਮਾਈਂਡ 'ਚ ਇਹ ਜੀ ਲੈ ਕੇ ਆਉਂਦਾ ਪਰ ਇੱਥੇ ਰਾਈਟਰ ਇਹ ਵੀ ਕਹਿਣਾ ਚਾਹੁੰਦਾ ਚਾਹੁੰਦਾ ਹੈ ਕਿ that is dictatorship not discipline ਕਹਿੰਦੇ ਇਹ ਡਿਕਟੇਟਰਸ਼ਿਪ ਹੈ ਇਹ ਡਿਸਪਲਿਨ ਨਹੀਂ ਹੈ ਮਤਲਬ ਕਿ ਐਨਫੋਰਸਡ ਡਿਸਪਲਿਨ ਹੋ ਗਿਆ ਨਾ ਇੱਥੇ ਫੌਜ ਦੀ ਟੁਕੜੀ ਦੇ ਉੱਪਰ ਮਤਲਬ ਉਹ ਆਪਣੀ ਕਮਾਂਡ ਦੇ ਰਿਹਾ ਹੁਕਮ ਚਲਾ ਰਿਹਾ ਹੈ ਤਾਂ ਇੱਥੇ ਉਹ ਐਨਫੋਰਸਡ ਡਿਸਪਲਿਨ ਹੋ ਗਿਆ ਹੁਣ ਫੌਜ ਚ ਜਿਹੜੇ ਟੁਕੜੀ ਜਿਹੜੇ ਫੌਜੀ ਨੇ ਵਿਚਾਰੇ ਨੇ ਉਹਨਾਂ ਨੂੰ ਆਪਣੇ ਹੈੱਡ ਦੀਆਂ ਗੱਲਾਂ ਤਾਂ ਮੰਨਣੀਆਂ ਹੀ ਪੈਣਗੀਆਂ ਤਾਂ ਇਹ ਡਿਕਟੇਟਰਸ਼ਿਪ ਹੋ ਗਈ ਜਿਸ ਦੀ ਕਿ ਆਪਾਂ ਪਹਿਲਾਂ ਗੱਲ ਕੀਤੀ ਸੀ ਇਹ ਡਿਸਪਲਿਨ ਨਹੀਂ ਹੈ ਤਾਂ ਡਿਸਪਲਿਨ ਕੀ ਹੈ ਉਹ ਕਹਿੰਦਾ ਦਾ ਵੋਲੰਟਰੀ ਰੀਜ਼ਨ ਡਿਸਪਲਿਨ ਐਕਸੈਪਟਡ ਬਾਈ ਫਰੀ ਇੰਟੈਲੀਜੈਂਟ men ਐਂਡ women ਇਸ ਅਨਦਰ ਥਿੰਗ ਕਿ ਜਦੋਂ ਇੱਕ ਪੜ੍ਹੇ ਲਿਖੇ ਸਮਝਦਾਰ ਇਨਸਾਨ ਆਔਰਤਾਂ ਜਿਹੜੀਆਂ ਹੁੰਦੀਆਂ ਨੇ ਉਹ ਆਪਣੀ ਫ੍ਰੀ ਫ੍ਰੀडम ਦੇ ਨਾਲ ਆਪਣੇ ਮਨੋਂ ਜਦੋਂ ਵੋਲੰਟਰੀ ਆਪਣੇ ਆਪ ਜਦੋਂ ਜਿਸ ਡਿਸਪਲਿਨ ਨੂੰ ਐਕਸੈਪਟ ਕਰਦੇ ਨੇ ਉਹ ਅਲੱਗ ਚੀਜ਼ ਹੈ ਇਜ਼ ਅਨਦਰ ਥਿੰਗ ਉਹ ਅਲੱਗ ਚੀਜ਼ ਹੈ ਉਹ ਡਿਕਟੇਟਰਸ਼ਿਪ ਨਹੀਂ ਹੁੰਦੀ ਇੱਥੇ ਹੁਣ ਇਸ ਲਾਈਨ ਦੇ ਵਿੱਚ ਉਹ ਕਿਹੜੇ ਡਿਸਪੀਸਪਲਨ ਦੀ ਗੱਲ ਕਰ ਰਿਹਾ ਬੱਚਿਓ ਉਹ ਸੈਲਫ ਡਿਸਪੀਸਪਲਨ ਦੀ ਗੱਲ ਕਰ ਰਿਹਾ ਹੈ ਤੇ ਜਿਹੜਾ ਸੈਲਫ ਡਿਸਪੀਸਪਲਨ ਹੁੰਦਾ ਹੈ ਇੱਥੇ ਇਟ ਦਾ ਮਤਲਬ ਸੈਲਫ ਡਿਸਪੀਸਪਲਨ ਤੋਂ ਹੈ ਇਟ ਇਜ਼ ਬਾਈਂਡਿੰਗ ਐਨ ਔਨ ਆਲ ਕਹਿੰਦੇ ਇਹ ਸਾਰੇ ਹੀ ਮੰਨਦੇ ਨੇ ਇਹ ਸਾਰਿਆਂ ਨੂੰ ਮੰਨਣਾ ਪੈਂਦਾ ਹੈ ਸੈਲਫ ਡਿਸਪੀਸਪਲਨ ਫਰੋਮ ਟਾਪ ਟੂ ਬੋਟਮ ਮਤਲਬ ਉੱਪਰ ਤੋਂ ਲੈ ਕੇ ਥੱਲੇ ਤੱਕ ਹਰ ਇੱਕ ਇਨਸਾਨ ਇਸ ਸੈਲਫ ਡਿਸਪੀਸਪਲਨ ਨੂੰ ਮੰਨਦਾ ਹੈ ਕਿਉਂਕਿ ਉਹ ਬੰਨਿਆ ਨਹੀਂ ਹੋਇਆ ਫ੍ਰੀ ਹੈ ਉਹ ਤੇ ਉਸ ਦੇ ਉੱਪਰ ਕੋਈ ਹੁਕਮ ਨਹੀਂ ਚਲਾ ਰਿਹਾ ਚਾਹੇ ਉਸ ਦਾ ਕੋਈ ਹੈਡ ਹੈ ਚਾਹੇ ਉਸ ਦਾ ਕੋਈ ਉਸ ਦੇ ਨੀਚੇ ਕੋਈ ਕੰਮ ਕਰਨ ਵਾਲਾ ਕੋਈ ਇਨਸਾਨ ਹੈ ਤਾਂ ਟਾਪ ਤੋਂ ਲੈ ਕੇ ਬਾਟਮ ਤੱਕ ਹਰ ਇੱਕ ਇਨਸਾਨ ਇਸ ਸੈਲਫ ਡਿਸਪਲਿਨ ਨੂੰ ਐਕਸੈਪਟ ਕਰਦਾ ਹੈ ਤਾਂ ਸਟੂਡੈਂਟਸ ਨੈਕਸਟ ਪੈਰੇ ਦੇ ਵਿੱਚ ਰਾਈਟਰ ਇਹ ਦੱਸਦਾ ਹੈ ਕਿ ਜਿਹੜਾ ਸੈਲਫ ਡਿਸਪਲਿਨ ਹੁੰਦਾ ਹੈ ਇਹ ਟਾਪ ਤੋਂ ਬਾਟਮ ਤੱਕ ਕਿਸ ਤਰ੍ਹਾਂ ਐਪਲਾਈ ਹੁੰਦਾ ਹੈ ਇੱਕ ਚੰਗੇ ਸਮਾਜ ਦੇ ਵਿੱਚ ਤਾਂ ਉਹ ਐਗਜ਼ਾਮਪਲ ਆਪਣੀ ਲੈਂਦਾ ਹੈ ਕਿ ਇੱਕ ਸਵੇਰ ਦੀ ਗੱਲ ਹੁੰਦੀ ਹੈ ਕਾਫੀ ਦੇਰ ਪਹਿਲਾਂ ਜਿਸ ਟਾਈਮ ਉਹ ਜੇ ਨਵਾਂ ਨਵਾਂ ਸੈਕਿੰਡ ਲੂਟਨੈਂਟ ਬਣਿਆ ਹੁੰਦਾ ਆ ਤੁਹਾਨੂੰ ਪਤਾ ਹੈ ਵੀ ਇੱਕ ਉਹਦਾ ਹੈ ਫੌਜ ਦੇ ਵਿੱਚ ਸੈਕਿੰਡ ਲੂਟਨੈਂਟ ਦਾ ਤਾਂ ਉਹ ਪ੍ਰੇਡ ਵੱਲੋਂ ਜਾ ਰਿਹਾ ਹੁੰਦਾ ਤਾਂ ਇੱਕ ਪ੍ਰਾਈਵੇਟ ਸੋਲਜਰ ਉਸ ਕੋਲੋਂ ਦੀ ਲੰਘਦਾ ਹੈ ਤੇ ਉਸ ਨੂੰ ਸੈਲੂਟ ਕਰ ਸੈਲੂਟ ਕਰਦਾ ਹੈ ਤਾਂ ਬੱਚਿਓ ਇੱਥੇ ਪ੍ਰਾਈਵੇਟ ਸੋਲਜਰ ਦਾ ਮਤਲਬ ਤੁਸੀਂ ਕੁਝ ਹੋਰ ਨਾ ਸਮਝ ਲਿਓ ਲੇਕਿਨ ਪ੍ਰਾਈਵੇਟ ਸੋਲਜਰ ਦਾ ਮਤਲਬ ਇਹ ਹੁੰਦਾ ਹੈ ਕਿ ਜਿਹੜੀ ਫੌਜ ਦੇ ਵਿੱਚ ਸਭ ਤੋਂ ਛੋਟਾ ਰੈਂਕ ਹੁੰਦਾ ਹੈ ਨਾ ਸਭ ਤੋਂ ਛੋਟੇ ਉਦੇ ਤੇ ਜਿਹੜਾ ਸਿਪਾਹੀ ਹੁੰਦਾ ਹੈ ਉਸ ਨੂੰ ਅਸੀਂ ਪ੍ਰਾਈਵੇਟ ਸੋਲਜਰ ਕਹਿੰਦੇ ਆ ਤਾਂ ਉਹ ਜਦੋਂ ਉਸ ਨੂੰ ਕ੍ਰੋਸ ਕਰਦਾ ਹੈ ਤਾਂ ਪ੍ਰਾਈਵੇਟ ਸੋਲਜਰ ਕਿਉਂਕਿ ਉਸ ਤੋਂ ਉਦੇ ਛੋਟਾ ਹੈ ਤਾਂ ਉਸ ਨੂੰ ਸੈਲੂਟ ਕਰਦਾ ਹੈ ਪੂਰੇ ਮਾਨ ਸਤਕਾਰ ਨਾਲ ਬਦਲੇ ਚ ਉਹ ਉਸ ਦੇ ਸੈਲੂਟ ਨੂੰ ਮੰਨਦਾ ਹੈ ਕਿਵੇਂ ਵਿਦਨ 에ਰੀ ਵੇਵ ਆਫ ਦਾ ਹੈਂਡ ਉਹ ਸਿਰਫ ਆਪਣਾ ਹੱਥ ਹਿਲਾ ਦਿੰਦਾ ਹੈ 에ਰੀ ਵੇਵ ਜਿਵੇਂ ਆਪਾਂ ਵੇਵ ਕਰ ਦਿੰਦੇ ਹਾਂ ਜਿਵੇਂ ਕਿਸੇ ਨੂੰ ਹਾਈ ਕਹਿੰਦੇ ਆ ਉਹ ਸਿਰਫ ਆਪਣਾ ਹੱਥ ਹਿਲਾ ਕੇ ਉਸ ਦੇ ਸੈਲੂਟ ਨੂੰ ਮੰਨਦਾ ਹੈ ਅਚਾਨਕ ਉਸੇ ਸਮੇਂ ਉਸ ਦੇ ਪਿੱਛੇ ਇੱਕ ਆਵਾਜ਼ ਥੋੜੀ ਜੀ ਰਫ ਜੀ ਆਵਾਜ਼ ਜਰਾਸਪਡ ਆਉਟ ਰਫ ਜੀ ਆਵਾਜ਼ ਉਸ ਦਾ ਨਾਮ ਪੁਕਾਰਦੀ ਹੈ ਮਤਲਬ ਵਿਲੀਅਮ ਕਹਿ ਕੇ ਉਸ ਨੂੰ ਬੁਲਾਉਂਦੀ ਹੈ ਉਹ ਇੱਕਦਮ ਪਿੱਛੇ ਮੁੜਦਾ ਹੈ ਅਤੇ ਦੇਖਦਾ ਹੈ ਕਿ ਉਸ ਦੇ ਕਰਨਲ ਖੜੇ ਹੁੰਦੇ ਨੇ ਤੁਹਾਨੂੰ ਪਤਾ ਬੱਚਿਓ ਜਿਹੜੇ ਕਰਨਲ ਹੁੰਦੇ ਨੇ ਉਹ ਲੂਟਨੈਂਟ ਤੋਂ ਉੱਪਰ ਵਾਲੀ ਪੋਸਟ ਤੇ ਹੁੰਦੇ ਨੇ ਉਸ ਦੇ ਅਫਸਰ ਹੁੰਦੇ ਨੇ ਤੇ ਉਹਨਾਂ ਦੇ ਲਈ ਆਈ ਹੈਡ ਅ ਮੋਸਟ ਹੋਲਸਮ ਰਿਸਪੈਕਟ ਕਾਫੀ ਜ਼ਿਆਦਾ ਆਦਰ ਹੁੰਦਾ ਹੈ ਵਿਲੀਅਮ ਦੇ ਮਨ ਦੇ ਵਿੱਚ ਆਪਣੇ ਕਰਨਲ ਪ੍ਰਤੀ ਕਾਫੀ ਰਿਸਪੈਕਟ ਹੁੰਦੀ ਹੈ ਅਤੇ ਉਸ ਦੇ ਨਾਲ ਮਤਲਬ ਉਸ ਦੇ ਕਰਨਲ ਦੇ ਨਾਲ ਰੈਜੀਮੈਂਟਲ ਸਰਜਨ ਮੇਜਰ ਵੀ ਹੁੰਦੇ ਨੇ ਦੋ ਜਣੇ ਹੁੰਦੇ ਨੇ ਰੈਜੀਮੈਂਟਲ ਸਰਜਨ ਮੇਜਰ ਇਹ ਵੀ ਫੌਜ ਦੀ ਇੱਕ ਅਹੁਦਾ ਹੈ ਬੱਚਿਓ ਤੇ ਉਹਨਾਂ ਪ੍ਰਤੀ ਵੀ आई स्टूडेंट सम ऑफ मतलब ਉਹਨਾਂ ਦੇ ਪ੍ਰਤੀ ਵੀ ਇੱਕ ਰਿਸਪੈਕਟ ਹੈ ਆਫ ਦਾ ਮਤਲਬ ਬੱਚਿਓ ਰਿਸਪੈਕਟ ਜੋ ਥੋੜੀ ਜੀ ਜਿਸ ਦੇ ਵਿੱਚ ਥੋੜਾ ਜਿਹਾ ਡਰ ਵੀ ਹੁੰਦਾ ਹੈ ਥੋੜਾ ਜਿਹਾ ਆਪਣੇ ਆਦਰ ਵੀ ਹੁੰਦਾ ਹੈ ਹੁਣ ਉਹ ਕਰਨਲ ਉਹਨਾਂ ਨੂੰ ਕਹਿੰਦੇ ਨੇ ਕਿ ਮੈਂ ਦੇਖ ਰਿਹਾ ਹਾਂ ਕਿ ਯੂ ਡੂ ਨੋਟ ਨੋ ਹਾਊ ਟੂ ਰਿਟਰਨ ਅ ਸਲੂਟ ਕਹਿੰਦੇ ਤੈਨੂੰ ਇਹ ਨਹੀਂ ਪਤਾ ਕਿ ਜੇਕਰ ਤੈਨੂੰ ਕੋਈ ਆ ਕੇ ਸੈਲੂਟ ਕਰਦਾ ਹੈ ਤੇਰਾ ਤੇਰਾ ਜੋ ਸੋਲਜਰ ਆ ਕੇ ਤੈਨੂੰ ਸੈਲੂਟ ਕਰਦਾ ਹੈ ਤਾਂ ਤੈਨੂੰ ਇਹ ਨਹੀਂ ਪਤਾ ਕਿ ਸੈਲੂਟ ਨੂੰ ਰਿਟਰਨ ਕਿਵੇਂ ਕਰਨਾ ਤਾਂ ਸਰਜੈਂਟ ਹੁਣ ਉਹ ਕੀ ਕਹਿੰਦੇ ਆ ਕਿ ਸਰਜਨ ਮੇਜਰ ਆਪਣਾ ਜਿਹੜਾ ਤੁਹਾਡੀ ਸਟਾਫ ਹੈ ਉਹ ਜੋ ਵੀ ਤੁਹਾਡੇ ਆਪਣੇ ਜੋ ਤੁਹਾਡੇ ਨਾਲ ਦੇ ਜਿਹੜੇ ਫੌਜ ਦੇ ਬੰਦੇ ਨੇ ਉਹਨਾਂ ਨੂੰ ਗਰਾਊਂਡ 'ਚ ਲੈ ਕੇ ਆਓ ਅਤੇ ਮਿਸਟਰ ਸਲਿਮ ਨੂੰ ਪ੍ਰੈਕਟਿਸ ਕਰਾਓ ਸੈਲੂਟਿੰਗ ਕਰਨ ਦੀ ਜਦ ਤੱਕ ਇਹਨੂੰ ਇਹ ਨਾ ਪਤਾ ਲੱਗੇ ਹਾਊ ਟੂ ਰਿਟਰਨ ਅ ਸੈਲੂਟ ਕਿ ਸੈਲੂਟ ਦਾ ਜਵਾਬ ਕਿਵੇਂ ਦੇਈਦਾ ਤਾਂ ਫਿਰ ਕੀ ਹੁੰਦਾ ਜੀ ਸੋ ਟੂ ਐਂਡ ਫ੍ਰੋ ਆਈ ਮਾਸਡ ਇਨ ਸਾਈਟ ਆਫ ਦਾ ਹੋਲ ਬਟੈਲੀਅਨ ਸੈਲੂਟਿੰਗ ਦਾ ਸਰਜੈਂਟ ਮੇਜਰਸ ਕੇਨ ਤਮੇ 2 ਵਾਂ ਫਰ ਉਹਦਰ ਉਧਰ ਆਇਆ ਕਰਾਂ ਅਤੇ ਸਾਰੀ ਬਟੈਲੀਅਨ ਦੀ ਨਜ਼ਰ ਦੇ ਸਾਹਮਣੇ ਮਾਰਚ ਕਰਦਾ ਹੋਇਆ ਆਇਆ ਕਰਾਂ ਅਤੇ ਸਰਜਨ ਮੇਜਰ ਦੇ ਹੱਥ ਜੋ ਛੜੀ ਹੁੰਦੀ ਹੈ ਕਿਨ ਉਹਨੂੰ ਕਿਹਾ ਜਾਂਦਾ ਉਸ ਨੂੰ ਮੈਂ ਸੈਲੂਟ ਕਰਿਆ ਕਰਾਂ ਤਾਂ ਇਸ ਤਰ੍ਹਾਂ ਉਸ ਦੀ ਪ੍ਰੈਕਟਿਸ ਕਰਾਈ ਗਈ ਜੀ ਸੈਲੂਟ ਕਰਨ ਦੀ ਉਹਨੋਂ ਅਗਲੀਆਂ ਜਿਹੜੀਆਂ ਲਾਈਨਸ ਉਹ ਬ੍ਰੈਕਟ ਦੇ ਵਿੱਚ ਲਿਖ ਰਿਹਾ ਹੈ ਇਹ ਇਹਦਾ ਮਤਲਬ ਹੈ ਕਿ ਉਹ ਹਾਸੇ ਦੇ ਲੈਜੇ ਨਾਲ ਲਿਖ ਰਿਹਾ ਹੈ ਮਜ਼ਾਕ ਦੇ ਲੈਜੇ ਨਾਲ ਲਿਖ ਰਿਹਾ ਹੈ ਉਹ ਕਹਿੰਦਾ ਆਈ ਕੁਡ ਚੀਅਰਫੁਲੀ ਹੈਵ ਮਰਡਰਡ ਦਾ ਕਰਨਲ ਸਰਜਨ ਮੇਜਰ ਐਂਡ ਮਾਈ ਗਰੀਨਿੰਗ ਫੈਲੋ ਸਬਾਲਟਰਨਸ ਨੂੰ ਉਸ ਦੀ سزا ਲੱਗੀ ਹੋਈ ਹੈ ਤਾਂ ਹੁਣ ਕੀ ਹੋ ਰਿਹਾ ਹੈ ਸਾਰੀ ਬਟਾਲੀਅਨ ਦੇ ਸਾਹਮਣੇ بار بار ਆ ਉਸ ਨੂੰ ਆ ਕੇ ਸਰਜਨ ਮੇਜਰ ਨੂੰ ਸੈਲੂਟ ਕਰਨਾ ਪੈ ਰਿਹਾ ਤਾਂ ਹੁਣ ਉਹ ਸੋਚ ਰਿਹਾ ਸੀ ਕਹਿੰਦਾ ਮੈਂ ਕਰਨਲ ਤੇ ਸਰਜੈਂਟ ਮੇਜਰ ਤੇ ਜਿਹੜੇ ਮੇਰੇ ਨਾਲ ਦੇ ਸਾਥੀ ਆ ਫੈਲੋ ਸਵਾਲਟਰਨ ਜੋ ਕਿ ਦੰਦ ਘੜ ਰਹੇ ਨੇ ਗਰੀਨਿੰਗ ਦਾ ਮਤਲਬ ਜੋ ਉਸ ਟਾਈਮ ਹੱਸ ਰਹੇ ਨੇ ਉਸ ਤੇ ਤਾਂ ਉਹਨਾਂ ਨੂੰ ਮੈਂ ਸਾਰਿਆਂ ਨੂੰ ਮਰਡਰ ਕਰ ਸਕਦਾ ਸੀਗਾ ਇਹ ਗੱਲ ਉਹ ਲੈਜ਼ੇ ਚ ਮਜ਼ਾਕ ਦੇ ਲੈਜ਼ੇ ਚ ਕਹਿ ਰਿਹਾ ਤੇ ਇਹ ਸਾਰਾ ਟਾਈਮ ਕਿੰਨਾ ਹੋਇਆ ਜੀ ਕਿੰਨੀ ਦੇਰ ਤੱਕ ਉਸ ਦੀ ਪ੍ਰੈਕਟਿਸ ਹੁੰਦੀ ਰਹੀ 10 ਮਿੰਟ ਤੱਕ 10 ਮਿੰਟ ਤੱਕ ਉਸ ਦੀ ਪ੍ਰੈਕਟਿਸ ਸੇ ਹੀ ਸੈਲੂਟਿੰਗ ਕਰਨ ਦੀ ਹੁੰਦੀ ਰਹੀ ਉਸ ਤੋਂ ਬਾਅਦ ਕਰਨਲ ਸਾਹਿਬ ਨੇ ਉਸ ਨੂੰ ਬੁਲਾਇਆ ਤੇ ਸਿਰਫ ਉਹਨਾਂ ਨੇ ਇੰਨਾ ਹੀ ਕਿਹਾ ਨਾ ਰਿਮੈਂਬਰ ਕਹਿੰਦੇ ਹੁਣ ਇਹ ਗੱਲ ਨੂੰ ਤੁਸੀਂ ਯਾਦ ਰੱਖਣਾ ਹੈ ਕਿ ਡਿਸਪਲਿਨ ਬਿਗਿੰਸ ਵਿਦ ਦਾ ਆਫੀਸਰਸ ਕਿ ਜਿਹੜਾ ਡਿਸਪਲਿਨ ਹੈ ਜਿਹੜਾ ਅਨੁਸ਼ਾਸਨ ਹੈ ਇਹ ਆਫੀਸਰਸ ਤੋਂ ਸ਼ੁਰੂ ਹੁੰਦਾ ਥੱਲਿਓਂ ਸ਼ੁਰੂ ਨਹੀਂ ਹੁੰਦਾ ਲੋਅਰ ਤਬਕੇ ਤੋਂ ਸ਼ੁਰੂ ਨਹੀਂ ਹੁੰਦਾ ਇਹ ਵੱਡੇ ਤਬਕੇ ਤੋਂ ਸ਼ੁਰੂ ਹੁੰਦਾ ਬੱਚਿਓ ਬਹੁਤ ਹੀ ਵਧੀਆ ਗੱਲ ਇੱਥੇ ਰਾਈਟਰ ਨੇ ਲਿਖੀ ਹੈ ਉਹ ਇਹੀ ਗੱਲ ਇਸ ਤੋਂ ਪਹਿਲੇ ਵਾਲੇ ਪੈਰੇ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਰਾਈਟਰ ਇਹੀ ਕਰ ਰਿਹਾ ਸੀ ਕਿ ਸਿਰਫ ਫੌਜ ਦੀ ਟੁਕੜੀ ਦੇ ਅੱਗੇ ਆ ਕੇ ਕੋਈ ਕਮਿਸ਼ਨਰ ਹੁੰਦਾ ਉਹ ਆ ਕੇ ਕਮਾਂਡ ਦੇਈ ਜਾਵੇ ਹੁਕਮ ਚਲਾਈ ਜਾਵੇ ਉਹ ਡਿਸਪਲਿਨ ਨਹੀਂ ਹੈ ਉਹ ਕੀ ਹੈ ਉਹ ਡਿਕਟੇਟਰਸ਼ਿਪ ਹੈ ਡਿਸਪਲਿਨ ਹੁੰਦਾ ਹੈ ਜਦੋਂ ਇੱਕ ਵੱਡੇ ਅਹੁਦੇ ਵਾਲਾ ਬੰਦਾ ਆਪ ਐਗਜ਼ਾਮਪਲ ਬਣਦਾ ਹੈ ਤਾ ਉਸ ਦੇ ਜਿਹੜੇ ਨੀਚੇ ਵਾਲੇ ਲੋਕ ਨੇ ਜੋ ਉਸ ਦੇ ਨੀਚੇ ਜੋ ਤਬਕੇ ਵਾਲੇ ਲੋਕ ਨੇ ਉਧੇ ਵਾਲੇ ਲੋਕ ਨੇ ਫੇਰ ਉਹ ਉਹ ਉਸ ਨੂੰ ਮੰਨਦੇ ਨੇ ਬਿਲਕੁਲ ਬੱਚਿਓ ਇਹ ਆਪਾਂ ਇੱਕ ਐਗਜ਼ਾਮਪਲ ਸਕੂਲ ਦੀ ਵੀ ਲੈ ਸਕਦੇ ਹਾਂ ਸਪੋਜ਼ ਕਰੋ ਅਸੀਂ ਬੱਚਿਆਂ ਨੂੰ ਤਾਂ ਕਹੀ ਜਾਈਏ ਕਿ ਬੱਚਿਓ ਤੁਸੀਂ ਡਿਸਪਲਿਨ ਚ ਰਹੋ ਲੇਕਿਨ ਖੁਦ ਅਸੀਂ ਟੀਚਰਸ ਆਪ ਡਿਸਪਲਿਨ ਚ ਨਾ ਰਹੀਏ ਤਾਂ ਬੱਚੇ ਡਿਸਪਲਿਨ ਕਿਵੇਂ ਰਹਿਣਗੇ ਤਾਂ ਬੱਚਿਓ ਮੇਰਾ ਤਾਂ ਇਹ ਮੰਨਣਾ ਹੈ ਕਿ ਜੇਕਰ ਅਸੀਂ ਬੱਚਿਆਂ ਨੂੰ ਡਿਸਪਲਿਨ ਸਿਖਾਣਾ ਹੈ ਤਾਂ ਖੁਦ ਟੀਚਰ ਨੂੰ ਆਪ ਡਿਸਪਲਿਨਡ ਹੋਣਾ ਪਊਗਾ ਤਾਂ ਕਿ ਬੱਚੇ ਖੁਦ ਉਸ ਟੀਚਰ ਨੂੰ ਆਪਣਾ ਆਈਡਲ ਮੰਨਣ ਅਤੇ ਉਸ ਨੂੰ ਡਿਸਪਲਿਨ ਵਿੱਚ ਰਹਿੰਦੇ ਦੇਖ ਕੇ ਆਪ ਡਿਸਪਲਿਨ ਵਿੱਚ ਰਹਿਣ ਸਟੂਡੈਂਟਸ ਇਸ ਪੈਰੇ ਦੇ ਵਿੱਚ ਰਾਈਟਰ ਇਹ ਦੱਸਦਾ ਹੈ ਕਿ ਚੰਗੇ ਲੀਡਰ ਦੀਆਂ ਕੀ ਕੁਆਲਿਟੀਆਂ ਹੁੰਦੀਆਂ ਨੇ ਐਂਡ ਸੋ ਇਟ ਡਸ ਕਹਿੰਦੇ ਹੋਣਾ ਵੀ ਆਈ ਚਾਹੀਦਾ ਹੈ ਕਿ ਜਿਹੜਾ ਅਨੁਸ਼ਾਸਨ ਹੈ ਉਹ ਫਰੋਮ ਟਾਪ ਤੋਂ ਸਟਾਰਟ ਹੋਣਾ ਚਾਹੀਦਾ ਹੈ ਤਾਂ ਬਾਟਮ ਤੱਕ ਜਾਏਗਾ ਤੇ ਲੀਡਰ ਨੂੰ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ ਕਿਸ ਚੀਜ਼ ਲਈ ਕਿ ਉਹ ਪਹਿਲਾਂ ਤਾਂ ਉਹ ਹੀ ਮੰਨੇ ਕਿ ਉਸ ਦੀ ਜਿਹੜੀ ਰਿਸਪੌਂਸਿਬਿਲਟੀ ਹੈ ਜੋ ਉਸ ਦੀ ਜ਼ਿੰਮੇਵਾਰੀ ਹੈ ਉਹ ਹਾਇਰ ਡਿਗਰੀ ਦੀ ਹੈ ਉਹ ਜ਼ਿਆਦਾ ਹੈ ਉਸ ਦੀ ਜ਼ਿੰਮੇਵਾਰੀ ਆਪਣੇ ਨੀਚੇ ਵਾਲਿਆਂ ਤੋਂ ਤੇ ਫਿਰ ਉਹ ਆਪਣੇ ਆਪ ਤੇ ਇੱਕ ਸਵਿਰਰ ਸਟੈਂਡਰਡ ਆਫ ਸੈਲਫ ਡਿਸਪਲਿਨ ਵੀ ਲਾਗੂ ਕਰੇ ਸਵਿਰਰ ਸਟੈਂਡਰਡ ਦਾ ਮਤਲਬ ਹੈ ਕਿ ਆਪਣੇ ਆਪ ਨੂੰ ਜ਼ਿਆਦਾ ਸਖਤ ਅਨੁਸ਼ਾਸਨ ਚ ਰੱਖੇ ਕਿਉਂਕਿ ਉਹਨਾਂ ਨੂੰ ਐਗਜ਼ਾਮਪਲ ਬਣਨਾ ਹੈ ਆਪਣੇ ਨੀਚੇ ਵਾਲਿਆਂ ਲਈ ਕਿਨਾਂ ਤੋਂ ਜਿਸ ਨੂੰ ਉਹਨਾਂ ਨੇ ਲੀਡ ਕਰਨਾ ਹੈ ਜਿਸ ਜਿਹੜੇ ਬੰਦਿਆਂ ਨੂੰ ਉਸਨੇ ਲੀਡ ਕਰਨਾ ਹੈ ਅੱਗੇ ਚੱਲ ਕੇ ਜਿਨ੍ਹਾਂ ਦੀ ਅਗਵਾਈ ਕਰਨੀ ਹੈ ਉਹਨਾਂ ਤੋਂ ਜ਼ਿਆਦਾ ਆਪਣੇ ਆਪ ਨੂੰ ਸਖਤ ਅਨੁਸ਼ਾਸਨ 'ਚ ਰੱਖੇ ਤੇ ਆਪਣੀ ਰਿਸਪੌਂਸਿਬਿਲਟੀ ਵੀ ਸਮਝੇ ਕਹਿੰਦੇ ਹੁਣ ਮੰਨੋ ਕਿ ਤੁਸੀਂ ਜੇਕਰ ਕਿਸੇ ਅਥਾਰਟੀ ਦੀ ਪੋਜੀਸ਼ਨ ਕੋਈ ਤੁਸੀਂ ਵਧੀਆ ਪੋਜੀਸ਼ਨ ਤੇ ਹੋ ਜਿੱਥੇ ਕਿ ਤੁਸੀਂ ਵੱਡੀ ਪੋਜੀਸ਼ਨ ਤੇ ਹੋ ਚਾਹੇ ਤੁਸੀਂ ਮੈਨੇਜਿੰਗ ਡਾਇਰੈਕਟਰ ਹੋਵੋ ਕਿਸੇ ਕੰਪਨੀ ਦੇ ਐਮ ਡੀ ਹੋਵੋ ਜਾਂ ਫਿਰ ਕਿਸੇ ਦੇ ਤੁਸੀਂ ਚਾਰਜ ਹੈਡ ਹੋਵੋ ਤੁਹਾਨੂੰ ਕੋਈ ਕੰਮ ਮਿਲ ਜੇ ਉਹਦੇ ਤੁਸੀਂ ਇਨਚਾਰਜ ਬਣ ਜਾਓ ਹੈਡ ਬਣ ਜਾਓ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਆਪਣੇ ਦੇ ਉੱਪਰ ਡਿਸਪਲਿਨ ਇੰਪੋਜ਼ ਕਰਨਾ ਪਏਗਾ ਲਾਗੂ ਕਰਨਾ ਪਏਗਾ ਔਨ ਯੋਰself ਫਸਟ ਪਹਿਲਾਂ ਆਪਣੇ ਤੇ ਅਨੁਸ਼ਾਸਨ ਲਾਗੂ ਕਰਨਾ ਪਏਗਾ ਇਹ ਨਹੀਂ ਹੋ ਸਕਦਾ ਕਿ ਤੁਸੀਂ ਆਪਣੇ ਆਪ ਨੂੰ ਅਨੁਸ਼ਾਸਨ ਵਿੱਚ ਰੱਖੋ ਨਾ ਤੇ ਦੂਸਰਿਆਂ ਨੂੰ ਤੁਸੀਂ ਹੁਕਮ ਦੇਈ ਜਾਓ ਕਿ ਤੁਸੀਂ ਅਨੁਸ਼ਾਸਨ ਚ ਰਹੋ ਕਹਿੰਦੇ ਤੁਸੀਂ ਇਹ ਗੱਲ ਭੁੱਲ ਜਿਓ ਫੋਰਗੇਟ ਦਾ ਈਜ਼ੀ ਵੇ ਆਫ ਟ੍ਰਾਈਂਗ ਟੂ ਐਨਫੋਰਸ ਇਟ ਔਨ ਅਦਰਸ ਬਾਈ ਜਸਟ ਗਿਵਿੰਗ ਆਰਡਰਸ ਕਿ ਤੁਸੀਂ ਆਰਡਰ ਦੋ ਬਾਕੀਆਂ ਨੂੰ ਅਤੇ ਤੁਸੀਂ ਮੰਨੋ ਕਿ ਇਹ ਹੁਣ ਆਪਾਂ ਇਹਦੇ ਇਨਫੋਰਸ ਕਰਦੀ ਹੈ ਡਿਸਪਲਨ ਇਹ ਕੰਮ ਕਰਦੇ ਰਹੀ ਆਪਾਂ ਟਰਾਈ ਕਰਦੇ ਰਹੀਏ ਅਤੇ ਫਿਰ ਇਹ ਆਸ ਕਰੀ ਐਕਸਪੈਕਟ ਕਰੀਏ ਕਿ ਮੇਰੀ ਗੱਲ ਸੁਣੀ ਜਾਵੇ ਠੀਕ ਹੈ ਤੁਸੀਂ ਆਰਡਰਸ ਦਵੋਗੇ ਅਤੇ ਤੁਸੀਂ ਦੇਖੋਗੇ ਕਿ ਉਹ ਓਬੇ ਵੀ ਹੋ ਰਹੇ ਨੇ ਉਹ ਮੰਨੇ ਵੀ ਜਾ ਰਹੇ ਨੇ ਪਰ ਜਿਹੜੀ ਵਧੀਆ ਗੱਲ ਹੈ ਕਿ ਇੱਕ ਜਿਹੜੀ ਲੀਡਰਸ਼ਿਪ ਹੈ ਉਹ ਕਿਵੇਂ ਬਿਲਡ ਅਪ ਹੁੰਦੀ ਹੈ ਉਹ ਕਿਵੇਂ ਬਣਦੀ ਹੈ ਆਪਣੇ ਟੀਮ ਦੇ ਨਾਲ ਜੇਕਰ ਤੁਸੀਂ ਡਿਸਪਲਨ ਆਫ ਅੰਡਰਸਟੈਂਡਿੰਗ ਔਨ ਦਾ ਡਿਸਪਲਨ ਆਫ ਅੰਡਰਸਟੈਂਡਿੰਗ ਦੇ ਬੇਸ ਨਾਲ ਕੰਮ ਕਰੋਗੇ ਤਾਂ ਬੱਚਿਓ ਜਿਵੇਂ ਕਿ ਤੁਸੀਂ ਪਿਕ ਦੇ ਵਿੱਚ ਦੇਖ ਰਹੇ ਹੋ ਤਾਂ ਇੱਥੇ ਦੋ ਤਰ੍ਹਾਂ ਦੇ ਲੀਡਰ ਦਿਖ ਰਹੇ ਹਨ ਤੁਹਾਨੂੰ ਆ ਤੁਹਾਡੇ ਖੱਬੇ ਪਾਸੇ ਇੱਕ ਲੀਡਰ ਹੈ ਦੂਜੇ ਪਾਸੇ ਬੌਸ ਹੈ ਜਿਹੜਾ ਲੀਡਰ ਹੈ ਦੇਖੋ ਆਪਣੇ ਇੰਪਲਾਈਜ਼ ਦੇ ਨਾਲ ਖੁਦ ਮਤਲਬ ਹੱਥ ਨਾਲ ਹੱਥ ਵਟਾ ਰਿਹਾ ਹੈ ਤੇ ਉਹਨਾਂ ਨੂੰ ਸਕਸੈਸਫੁਲ ਲੈ ਕੇ ਜਾ ਰਿਹਾ ਪਰ ਦੂਜੇ ਪਾਸੇ ਬੌਸ ਕੋਟ ਪੈਂਟ ਪਾਈ ਖੜਾ ਹੈ ਤੇ ਆਰਡਰ ਦੇ ਰਿਹਾ ਹੈ ਬਾਕੀਆਂ ਨੂੰ ਕਹਿ ਰਿਹਾ ਕਿ ਹਾਂ ਤੁਸੀਂ ਕੰਮ ਕਰੋ ਐਵੇਂ ਨਹੀਂ ਹੁੰਦਾ ਬੌਸ ਨਹੀਂ ਬੰਨਾ ਬੱਚਿਓ ਆਪਾਂ ਲੀਡਰ ਬੰਨਾ ਹੁਣ ਇਸ ਪੂਰੇ ਪੈਰੇ ਦੇ ਵਿੱਚ ਇਹ ਗੱਲ ਦੱਸੀ ਜਾ ਰਹੀ ਹੈ ਕਿ ਜਿਹੜਾ ਲੀਡਰ ਹੁੰਦਾ ਹੈ ਉਹ ਆਪਣੇ ਤੇ ਪਹਿਲਾਂ ਸੈਲਫ ਡਿਸਪਲਿਨ ਲਾਗੂ ਕਰਦਾ ਹੈ ਜ਼ਿਆਦਾ ਰਿਸਪੌਂਸਿਬਿਲਟੀ ਸਮਝਦਾ ਹੈ ਤਾਹੀਂ ਉਸ ਦੇ ਜਿਹੜੇ EMPLOYES ਨੇ ਉਸ ਤੋਂ ਸਬਕ ਲੈਂਦੇ ਨੇ ਉਸ ਉਸ ਨੂੰ ਆਪਣਾ ਆਈਡਲ ਮੰਨਦੇ ਨੇ ਤੇ ਕੰਮ ਜ਼ਿਆਦਾ ਵਧੀਆ ਹੁੰਦਾ ਹੁਣ ਇਸ ਪੈਰੇ ਦੇ ਵਿੱਚ ਰਾਈਟਰ ਕਹਿੰਦਾ ਹੈ ਕਿ ਜਿਹੜਾ ਇੱਕ ਸਿਪਾਹੀ ਦਾ ਜਿਹੜਾ ਡਿਸਪਲਨ ਹੁੰਦਾ ਹੈ ਸੋਲਜਰਸ ਡਿਸਪਲਨ ਹੁੰਦਾ ਹੈ ਉਹ ਬਲਾਈਂਡ ਓਬੀਡੀਅੰਸ ਨਾਲੋਂ ਜ਼ਿਆਦਾ ਹੁੰਦਾ ਹੈ देयर ਇਜ਼ ਮੋਰ ਬਲਾਈਂਡ ਓਬੀਡੀਅੰਸ ਦਾ ਮਤਲਬ ਇਹ ਹੋ ਗਿਆ ਬੱਚਿਓ ਕਿ ਆਪਾਂ ਜੋ ਕਿ ਹਾਊਸ ਨੇ ਕਰਤਾ ਓਬੀਡੀਅੰਸ ਜਦੋਂ ਆਪਾਂ ਕਿਸ ਦੀ ਆਗਿਆ ਮੰਨਦੇ ਆ ਉਹਨੂੰ ਕਹਿੰਦੇ ਆ ਅਤੇ ਆਪਣੇ ਨਾਲ ਦੇਆਂ ਨੂੰ ਆਪਣੇ ਕੌਨਫੀਡੈਂਸ ਲੈਣਾ ਆਪਣੇ ਵਿਸ਼ਵਾਸਚ ਰਹਿਣਾ ਇਹ ਕੋਈ ਨਵੀਂ ਟੈਕਨੀਕ ਨਹੀਂ ਹੈ ਜਿਹੜੀ ਕਿ ਲਾਸਟ ਵਾਰ ਦੇ ਲਾਸਟ ਵਾਰ ਦੇ ਵਿੱਚ ਇਨਵੈਂਟ ਹੋਈ ਹੈ ਇਜਾਦ ਹੋਈ ਹੈ ਹੁਣ ਇੱਥੇ ਲਾਸਟ ਵਾਰ ਦਾ ਮਤਲਬ ਕੀ ਹੋਇਆ ਬੱਚਿਓ ਇਹ ਲਾਸਟ ਵਾਰ ਦਾ ਮਤਲਬ ਹੈ ਜਿਹੜੀ ਬ੍ਰਿਟੇਨ ਦੇ ਵਿੱਚ ਸਿਵਲ ਵਾਰ ਹੋਈ ਹੈ ਹੁਣ ਇੱਥੇ ਓਲੀਵਰ ਕ੍ਰੋਮਵੈਲ ਦਾ ਜ਼ਿਕਰ ਆ ਰਿਹਾ ਬੱਚਿਓ ਓਲੀਵਰ ਕ੍ਰੋਮਵੈਲ ਬ੍ਰਿਟੇਨ ਦਾ ਸ਼ਾਸਕ ਹੋਇਆ ਹੈ ਜਿਸਨੇ ਸਿਵਲ ਵਾਰ ਦੇ ਵਿੱਚ ਫੌਜ ਦੀ ਅਗਵਾਈ ਕੀਤੀ ਸੀ ਉਸ ਸਮੇਂ ਦੇ ਕਿੰਗ ਚਾਰਲਸ ਦੇ ਵਿਰੁੱਧ ਅਤੇ ਜਿੱਤ ਪ੍ਰਾਪਤ ਕੀਤੀ ਸੀ ਫਿਰ ਇਸਨੇ 5 ਸਾਲ ਇੰਗਲੈਂਡ ਤੇ ਰਾਜ ਵੀ ਕੀਤਾ ਤਾਂ ਉਹ ਹੀ ਕਹਿੰਦਾ ਸੀ ਕਹਿੰਦਾ ਜਿਹੜਾ ਹਰ ਇੱਕ ਇਨਸਾਨ ਜੋ ਮੇਰਾ ਇਸ ਨਿਊ ਮਾਡਲ ਆਰਮੀ ਜੋ ਉਸਨੇ ਆਰਮੀ ਦਾ ਨਵੇਂ ਤੌਰ ਤੇ ਸਾਰਾ ਸੈਟਅਪ ਕੀਤਾ ਸੀ ਤਾਂ ਉਸ ਮਾਡਲ ਆਰਮੀ ਦੇ ਵਿੱਚ ਜਿਹੜਾ ਵੀ ਮੇਰਾ ਸਿਪਾਹੀ ਹੋਵੇ ਉਹਨੂੰ ਇਹ ਪਤਾ ਹੋਵੇ ਉਹ ਜਾਣਦਾ ਹੋਵੇ ਕਿ ਉਹ ਕਿਸ ਲਈ ਲੜ ਰਿਹਾ ਹੈ ਵਟ ਹੀ ਫਾਈਟਸ ਫੋਰ ਐਂਡ ਲਵ ਅਤੇ ਪਿਆਰ ਕਰਦਾ ਜਿਸ ਨੂੰ ਉਹ ਜਾਣਦਾ ਤੇ ਇਹ ਲਾਈਨ ਨੂੰ ਸਮਝੋ ਮੈਂ ਦੁਬਾਰਾ ਤੋਂ ਸਮਝਾਣਾ ਹੈ 올ਿਵਰ ਕ੍ਰੋਮਵੇਲ ਕਹਿੰਦਾ ਸੀ ਮੇਰਾ ਹਰ ਇੱਕ ਸਿਪਾਹੀ ਜਿਸ ਲਈ ਲੜ ਰਿਹਾ ਹੈ ਉਸ ਬਾਰੇ ਉਸ ਨੂੰ ਪਤਾ ਹੋਵੇ ਅਤੇ ਜਿਹਨੂੰ ਉਹ ਜਾਣਦਾ ਉਸ ਨੂੰ ਉਹ ਪਿਆਰ ਕਰੇ ਹੁਣ ਰਾਈਟਰ ਇਹ ਕਹਿਣਾ ਚਾਹੁੰਦਾ ਕਹਿੰਦਾ ਆਪਾਂ 올ਿਵਰ ਕ੍ਰੋਮਵੇਲ ਦੇ ਜਿਹੜੇ ਵਰਡਸ ਨੇ ਜੇਕਰ ਉਸ ਦੀ ਵਰਕ ਨੂੰ ਅਸੀਂ ਫਾਈਟ ਦੇ ਨਾਲ ਸਬਸਟੀਟਿਊਟ ਕਰ ਦਈਏ ਕਹਿੰਦਾ ਮਤਲਬ ਹੁਣ 올ਿਵਰ ਕ੍ਰੋਮਵੇਲ ਦੇ ਵਰਡਸ ਸਿਗੇ نو ਵਾਟ ਹੀ ਫਾਈਟਸ ਫੋਰ ਐਂਡ ਲਵ ਵਾਟ ਹੀ ਨੋਜ਼ ਜੇਕਰ ਆਪਾਂ ਇੱਥੇ ਫਾਈਟ ਦੀ ਥਾਂ ਤੇ ਵਰਕ ਲਿਖ ਦिए 왓 ਹੀ ਵਰਕਸ ਫੋਰ ਆਪਾ ਇਥੇ ਵਰਕ ਲਿਖ ਦिए ਤਾਂ ਇਹਦਾ ਮਤਲਬ ਇਹ ਬਣਿਆ ਕਿ ਉਸ ਨੂੰ ਪਤਾ ਹੋਵੇ ਉਹ ਕਿਸ ਲਈ ਕੰਮ ਕਰਦਾ ਹੈ ਅਤੇ ਜਿਹਨੂੰ ਜਾਣਦਾ ਉਸ ਨੂੰ ਉਹ ਪਿਆਰ ਕਰੇ ਤਾਂ ਫਿਰ ਕੀ ਹੁੰਦਾ ਯੂ ਹੈਵ ਦਾ ਐਸੈਂਸ ਆਫ ਇੰਡਸਟਰੀਅਲ ਇੰਡਸਟਰੀਅਲ ਡਿਸਪਲਿਨ ਟੂ ਤਾਂ ਫਿਰ ਇੰਡਸਟਰੀਅਲ ਮਤਲਬ ਜਿਵੇਂ ਆਪਾਂ ਇੰਡਸਟਰੀ ਚ ਕੰਮ ਕਰਦੇ ਆਂ ਆਪਣਾ ਲੀਡਰ ਹੁੰਦਾ ਉਹਦੇ EMPLOYEES ਹੁੰਦੇ ਨੇ ਤਾਂ ਉਹਦੇ ਵੀ ਸਾਡੇ ਜਿਹੜੀ ਉਦਯੋਗ ਦੇ ਵਿੱਚ ਵੀ ਸਾਡੇ ਡਿਸਪਲਿਨ ਆ ਜਾਏਗਾ ਕਿਉਂਕਿ ਇਹੀ ਚੀਜ਼ ਹੈ ਕਿ ਆਪਾਂ ਆਪਣੇ ਕੰਮ ਨੂੰ ਪਿਆਰ ਕਰੀਏ ਆਪਣੇ ਨਾਲ ਦੇ ਇਹਨੂੰ ਅੰਡਰਸਟੈਂਡ ਕਰੀਏ ਉਹ ਇਹੀ ਰਾਈਟਰ ਕਹਿਣਾ ਚਾਹੁੰਦਾ ਟੂ ਨੋ ਵਾਟ ਯੂ ਵਰਕ ਫੋਰ ਐਂਡ ਟੂ ਲਵ ਵਾਟ ਯੂ ਨੋ ਜੋ ਤੁਸੀਂ ਜਾਣਦੇ ਹੋ ਉਸ ਨੂੰ ਪਿਆਰ ਕਰੋ ਅਤੇ ਜਿਹੜਾ ਵਰਕ ਹੈ ਉਸ ਨੂੰ ਤੁਸੀਂ ਜਾਣੋ ਤਾਂ ਨੇਚਰਲੀ ਤੁਸੀਂ ਆਪਣੇ ਕੰਮ ਨੂੰ ਵੀ ਜਾਣੋਗੇ ਉਸ ਨੂੰ ਵੀ ਪਿਆਰ ਕਰੋਗੇ ਤਾਂ ਇੱਥੇ ਰਾਈਟਰ ਜਿਹੜੀ ਸੈਲਫ ਡਿਸਿਪਲਨ ਹੈ ਐਂਡ ਡਿਸਿਪਲਨ ਆਫ ਅੰਡਰਸਟੈਂਡਿੰਗ ਹੈ ਉਸ ਤੇ ਜ਼ੋਰ ਦੇ ਰਿਹਾ ਹੈ ਇਹ ਕੇਵਲ ਡਿਸਿਪਲਨ ਹੀ ਹੈ ਜਿਹੜਾ ਕਿ ਇਨਸਾਨ ਨੂੰ ਇਸ ਕਦਰ ਬਣਾ ਦਿੰਦਾ ਹੈ ਕਿ ਉਹ ਆਪਣੇ ਸਮੁਦਾਇ ਵਿੱਚ ਵੀ ਰਹਿੰਦਾ ਹੈ ਅਤੇ ਰਹਿੰਦੇ ਹੋਏ ਉਹ ਆਪਣੀ ਇੰਡੀਵਿਜੂਅਲ ਜਿਹੜੀ ਲਿਬਰਟੀ ਹੈ ਜੋ ਦੀ ਆਪਣੀ ਜੋ ਖੁੱਲ੍ਹ ਹੈ ਆਜ਼ਾਦੀ ਹੈ ਉਸ ਨੂੰ ਵੀ ਉਹ ਆਪਣੇ ਕੋਲ ਰੱਖਦਾ ਹੈ ਉਸ ਦੀ ਲਿਬਰਟੀ ਵੀ ਬਣੀ ਰਹਿੰਦੀ ਹੈ ਤੇ ਨਾਲ ਹੀ ਉਹ ਕਮਿਊਨਿਟੀ ਚ ਵੀ ਰਹਿੰਦਾ ਹੈ ਕਹਿੰਦੇ ਜੇਕਰ ਅਸੀਂ ਇਸ ਡਿਸਿਪਲਨ ਨੂੰ ਹਟਾ ਦਈਏ ਸਵੀ ਪਵੇ ਕਰ ਦਈਏ ਉਸ ਨੂੰ ਪਰਾਂ ਕਰ ਦਈਏ ਜਾਂ ਇਸ ਨੂੰ ਅਸੀਂ ਹਲਕੇ ਤੌਰ ਤੇ ਲੈ ਲਈਏ ਅੰਡਰਮਾਈਨ ਹਲਕੇ ਤੌਰ ਤੇ ਲੈ ਲਈਏ ਤਾਂ ਫਿਰ ਕੀ ਹੁੰਦਾ ਕਿ ਜਿਹੜੀ ਜਿਹੜੇ ਵੀਕ ਪੀਪਲ ਐ ਜਿਹੜੇ ਕਮਜ਼ੋਰ ਪੀਪਲ ਨੇ ਜਾਂ ਜਿਹੜੇ ਪੂਅਰ ਨੇ ਗਰੀਬ ਪੀਪਲ ਨੇ ਉਹਨਾਂ ਦੀ ਸਿਕਿਉਰਿਟੀ ਸਭ ਤੋਂ ਪਹਿਲਾਂ ਵੈਨਿਸ਼ ਹੋ ਜਾਂਦੀ ਹੈ ਖਤਮ ਹੋ ਜਾਂਦੀ ਹੈ ਡਿਸਿਪਲਨ ਗਿਆਨੀ ਤੇ ਜਿਹੜੇ ਗਰੀਬ ਬੰਦਿਆਂ ਤੇ ਸਭ ਤੋਂ ਵੱਡੀ ਮਾਰ ਪੈਂਦੀ ਹੈ ਇਸ ਕਰਕੇ ਜਿਹੜਾ ਇਹ ਸਾਡਾ ਡਿਸਪਲਿਨ ਹੈ ਇਹ ਡੀਰੋਗਟਰੀ ਨਹੀਂ ਹੈ ਡੀਰੋਗਟਰੀ ਦਾ ਮਤਲਬ ਕੋਈ ਘਟੀਆ ਨਹੀਂ ਹੈ ਇਹ ਸਗੋ ਇਹ ਇਨੋਬਲਿੰਗ ਹੈ ਦੇਖੋ ਬੱਚਿਓ ਇਥੇ ਡੀਰੋਗਟਰੀ ਦਾ ਉਲਟ ਹੁੰਦਾ ਹੈ ਇਨੋਬਲਿੰਗ ਇਨੋਬਲਿੰਗ ਮਤਲਬ ਵਧੀਆ ਕਿਸਮ ਦਾ ਹੈ ਇਸ ਕਰਕੇ ਕੋਈ ਵੀ ਇਨਸਾਨ ਜਾਂ ਔਰਤ ਵੋਲੰਟੇਰਲੀ ਇਸ ਨੂੰ ਐਕਸੈਪਟ ਕਰਦੀ ਹੈ ਡਿਸਪਲਿਨ ਨੂੰ ਆਪਣੇ ਆਪ ਉਹੀ ਸੈਲਫ ਡਿਸਪਲਿਨ ਵਾਲੀ ਗੱਲ ਆ ਗਈ ਜੇਕਰ ਉਹ ਆਪ ਇਸ ਨੂੰ ਕੋਈ ਵੀ ਇਨਸਾਨ ਜਾਂ ਔਰਤ ਇਸ ਡਿਸਪਲਿਨ ਨੂੰ ਐਕਸੈਪਟ ਕਰਦੇ ਨੇ ਤਾਂ ਇਹ ਉਹਨਾਂ ਲਈ ਕੋਈ ਘਟੀਆ ਚੀਜ਼ ਨਹੀਂ ਹੈ ਸਗੋ ਬਹੁਤ ਹੀ ਵਧੀਆ ਚੀਜ਼ ਹੈ ਇਕਵਰਫੇ ਰਾਈਟਰ ਅਤੇ ਇਨਫੋਰਸ ਡਿਸਪਲਿਨ ਦੀ ਗੱਲ ਕਰਦਾ ਜਿਸ ਦਾ ਦੂਸਰਾ ਨਾਮ ਟੋਟੈਲੀਟੇਰੀਅਨ ਡਿਸਪਲਿਨ ਵੀ ਹੈ ਨਾ ਜਿਹੜਾ ਟੋਟੈਲੀਟੇਰੀਅਨ ਡਿਸਪਲਿਨ ਹੈ ਬੱਚਿਓ ਉਹਦੇ ਉਹਦੇ ਵਿੱਚ ਲੋਕ ਬੜੇ ਵੱਡੇ ਵੱਡੇ ਜ਼ੋਰ ਲਾ ਕੇ ਸਲੋਗਨ ਨਾਰੇ ਬੋਲਦੇ ਨੇ ਪਰ ਉਹਦਾ ਕੰਮ ਕੀ ਹੈ ਇਸ ਡੈਲੀਬਰੇਟਲੀ ਡਿਜ਼ਾਈਨ ਟੂ ਸਮਰਜ ਦਾ ਇੰਡੀਵੀਜੂਅਲ ਕਿ ਜਿਹੜਾ ਇੱਕ ਇਨਸਾਨ ਹੈ ਉਸ ਸੋਸਾਇਟੀ ਵਿੱਚ ਰਹਿਣ ਵਾਲਾ ਉਸ ਨੂੰ ਉਹ ਸਮਰਜ ਕਰਨ ਦੀ ਕੋਸ਼ਿਸ਼ ਕਰਦਾ ਹੈ ਮਤਲਬ ਕਿ ਉਸ ਦੀ ਹੋਣ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦਾ ਹੈ ਉਸ ਦੀ ਉਸ ਨੂੰ ਕਿਸੇ ਤਰ੍ਹਾਂ ਦੀ ਕੋਈ ਲਿਬਰਟੀ ਨਹੀਂ ਉਸ ਨੂੰ ਕਿਸੇ ਤਰ੍ਹਾਂ ਦਾ ਕੋਈ ਅਧਿਕਾਰ ਨਹੀਂ ਹਰ ਜਗ੍ਹਾ ਉਸ ਨੂੰ ਵਾਚ ਕੀਤਾ ਜਾਂਦਾ ਕੋਈ ਕੋਈ ਕੰਮ ਉਹ ਆਪਣੀ ਮਨ ਨਾਲ ਨਹੀਂ ਕਰ ਸਕਦਾ ਤਾਂ ਇਹ ਐਨਫੋਰਸਡ ਡਿਸਪਲਿਨ ਹੁੰਦਾ ਹੈ ਪਰ ਦੂਸਰੇ ਪਾਸੇ ਬੱਚਿਓ ਜਿਹੜਾ ਸੈਲਫ ਡਿਸਿਪਲਨ ਹੈ ਜਦ ਇੱਕ ਬੰਦਾ ਆਪਣੇ ਤੇ ਇੰਪੋਜ਼ ਕਰਦਾ ਹੈ ਆ ਮੈਨ ਇੰਪੋਜ਼ ਓਨ ਹਿਮ ਸਰ ਆਪਣੇ ਆਪ ਤੇ ਲਾਗੂ ਕਰਦਾ ਹੈ ਕਿਉਂਕਿ ਉਹ ਇਹ ਵਿਸ਼ਵਾਸ ਕਰਦਾ ਹੈ ਬੜੇ ਇੰਟੈਲੀਜੈਂਟਲੀ ਵਿਸ਼ਵਾਸ ਕਰਦਾ ਹੈ ਮਤਲਬ ਆਪਣੀ ਅਕਲ ਨੂੰ ਰੱਖ ਕੇ ਅੱਗੇ ਵਿਸ਼ਵਾਸ ਕਰਦਾ ਹੈ ਕਿ ਉਸ ਨਾਲ ਉਸ ਨੂੰ ਇਸ ਦੀ ਹੈਲਪ ਹੋਏਗੀ ਉਸ ਨੂੰ ਇੱਕ ਅੱਛੀ ਜੌਬ ਮਿਲੇਗੀ ਤੇ ਫਿਰ ਉਸ ਦਾ ਆਪਣਾ ਫਾਇਦਾ ਹੋਏਗਾ ਅਤੇ ਫਿਰ ਉਸ ਦੀ ਕੰਟਰੀ ਦਾ ਵੀ ਫਾਇਦਾ ਹੋਏਗਾ ਕੰਟਰੀਜ਼ ਬੈਨੀਫਿਟ ਮਤਲਬ ਕਿ ਉਹ ਆਪਣੇ ਫਾਇਦੇ ਦੇ ਨਾਲ-ਨਾਲ ਆਪਣੀ ਦੇਸ਼ ਦਾ ਫਾਇਦਾ ਵੀ ਸੋਚਦਾ ਹੈ ਤਾਂ ਉਹ ਆਪਣੇ ਆਪ ਨੂੰ ਫਿਰ ਸੈਲਫ ਡਿਸਪਲਿਨ ਚ ਰੱਖਦਾ ਹੈ ਅਤੇ ਨਾਲ ਹੀ ਨਾਲ ਉਸ ਦਾ ਕਰੈਕਟਰ ਜ਼ਿਆਦਾ ਡਿਵੈਲਪ ਹੁੰਦਾ ਹੈ ਫੌਸਟਰ ਦਾ ਮਤਲਬ ਉਹ ਡਿਵੈਲਪ ਹੋਣਾ ਵਿਕਸਿਤ ਹੁੰਦਾ ਉਸ ਦਾ ਆਪਣਾ ਕਰੈਕਟਰ ਅਨ ਇਨੀਸ਼ੀਏਟਿਵ ਅਤੇ ਉਹ ਇਨੀਸ਼ੀਏਟਿਵ ਮਤਲਬ ਲੈਣ ਲੱਗ ਜਾਂਦਾ ਹੈ ਇਨੀਸ਼ੀਏਟਿਵ ਦਾ ਮਤਲਬ ਕੋਈ ਨਵੇਂ ਕੰਮ ਕਰਨ ਲਈ ਯੋਜਨਾ ਬਣਾਉਂਦਾ ਹੈ ਆਪ ਅੱਗੇ ਲੱਗਦਾ ਹੈ ਲੀਡਰਸ਼ਿਪ ਵਾਲੀਆਂ ਕੁਆਲਟੀਜ਼ ਆ ਜਾਂਦੀਆਂ ਨੇ ਇੱਥੇ ਉਹੀ ਗੱਲਾਂ ਬੱਚਿਓ ਫੇਰ ਕਿ ਜਿਹੜਾ ਟੋਟੈਲੀਟੇਰੀਅਨ ਡਿਸਪਲਿਨ ਹੈ ਜਾਂ ਇਨਫੋਰਸਡ ਡਿਸਪਲਿਨ ਹੈ ਇਹ ਬੰਦੇ ਨੂੰ ਜਕੜ ਕੇ ਰੱਖਦਾ ਹੈ ਉਸ ਨੂੰ ਕੁਝ ਨਹੀਂ ਕਰਨ ਦਿੰਦਾ ਉਹ ਕੁਝ ਸੋਚ ਹੀ ਨਹੀਂ ਸਕਦਾ ਉਹ ਕੋਈ ਇਨੀਸ਼ੀਏਟਿਵ ਹੀ ਨਹੀਂ ਲੈ ਸਕਦਾ ਲੇਕਿਨ ਜਦੋਂ ਸੈਲਫ ਡਿਸਪਲਿਨ ਚ ਬੰਦਾ ਹੁੰਦਾ ਹੈ ਤਾ ਹੋ ਆਪਣੇ ਆਪਣੇ ਨਾਲ ਆਪਣੇ ਦੇਸ਼ ਨੂੰ ਵੀ ਅੱਗੇ ਰੱਖਦਾ ਹੈ ਅਤੇ ਫਿਰ ਉਹ ਇਹ ਜੇ ਕੰਮ ਵੀ ਕਰਦਾ ਹੈ ਜਿਸ ਨਾਲ ਉਸ ਨੇ ਉਸ ਨੂੰ ਤੇ ਉਸ ਦੇ ਦੇਸ਼ ਨੂੰ ਫਾਇਦਾ ਹੁੰਦਾ ਹੁਣ ਜਦੋਂ ਕੋਈ ਇਨਸਾਨ ਇਸ ਤਰ੍ਹਾਂ ਸੈਲਫ ਡਿਸਪਲਿਨ ਨਾਲ ਕੰਮ ਕਰਦਾ ਹੈ ਉਸ ਨੂੰ ਵਾਚ ਨਹੀਂ ਕੀਤਾ ਜਾਂਦਾ ਕਿਉਂਕਿ ਇਹ ਬਹੁਤ ਹੀ ਵਧੀਆ ਕੰਮ ਹੈ ਜੋ ਕਰ ਰਿਹਾ ਹੈ ਤਾਂ ਇਸ ਗੱਲ ਨੂੰ ਸੈਲਫ ਡਿਸਪਲਿਨ ਵਾਲੀ ਗੱਲ ਨੂੰ ਸਮਝਾਉਣ ਦੇ ਲਈ ਰਾਈਟਰ ਇੱਕ ਐਗਜ਼ਾਮਪਲ ਲੈਂਦਾ ਦੇਖੋ ਇਹ ਐਗਜ਼ਾਮਪਲ ਆਫ ਫੇਅਰ ਬ੍ਰਿਟਿਸ਼ ਹਿਸਟਰੀ ਚ ਉਹ ਹੀ ਲੈਂਦਾ ਆਪਣੀ ਇੰਗਲੈਂਡ ਦੀ ਹਿਸਟਰੀ ਚ ਹੀ ਲੈਂਦਾ ਹੈ ਕਹਿੰਦਾ ਇਨ ਦਾ ਬਲਿਡਸ ਆਫ ਲੇਟ ਵਾਰ ਹੁਣ ਉਹ ਸੈਕੰਡ ਵਰਲਡ ਵਾਰ ਦੀ ਗੱਲ ਕਰ ਰਿਹਾ ਜਿਸ ਟਾਈਮ ਇੰਗਲੈਂਡ ਦੇ ਉੱਪਰ ਅਟੈਕ ਕਰ ਰਿਹਾ ਸੀ ਜਰਮਨੀ ਬੜੇ ਜਹਾਜ਼ਾਂ ਦੇ ਨਾਲ ਬੰਬਾਰੀ ਲੰਡਨ ਦੇ ਵਿੱਚ ਕੀਤੀ ਜਾਂਦੀ ਸੀ ਤਾਂ ਉਸ ਸਮੇਂ ਦੀ ਗੱਲ ਹੈ ਕਹਿੰਦੇ ਬ੍ਰਿਟਿਸ਼ ਰੇਲਵੇਜ਼ ਦੇ ਵਿੱਚ ਕਈ ਸਿਗਨਲ ਮੈਨ ਕੰਮ ਕਰਦੇ ਸੀਗੇ ਤਾਂ ਕਿਸੇ ਵੀ ਸਿਗਨਲ ਮੈਨ ਨੇ ਹਜ਼ਾਰਾਂ ਹੀ ਬੰਦੇ ਕੰਮ ਕਰਦੇ ਸੀ ਆਪਣੀ ਜਗਾ ਨਹੀਂ ਛੱਡੀ ਐਵਰ ਲੈਫਟ ਇਜ਼ ਪੋਸਟ ਮਤਲਬ ਕਿ ਉਧਰ ਦੇਖੋ ਬੰਬ ਚੱਲ ਰਹੇ ਨੇ ਧਮਾਕੇ ਚੱਲ ਰਹੇ ਨੇ ਬਿਲਡਿੰਗਸ ਟਹਿਰੀਆਂ ਨੇ ਲੇਕਿਨ ਕਿਸੇ ਵੀ ਬ੍ਰਿਟੇਨ ਦੇ ਸਿਗਨਲ ਮੈਨ ਨੇ ਸਿਗਨਲ ਮੈਨ ਦਾ ਕੰਮ ਕੀ ਹੁੰਦਾ ਹੈ ਤਾਂ ਉਹ ਇੱਕ ਲੀਵਰ ਜਾਂ ਪੁਸ਼ ਕਰਕੇ ਆਣ ਵਾਲੀ ਟ੍ਰੇਨਸ ਨੂੰ ਇਸ਼ਾਰਾ ਕਰਦੇ ਆ ਉਸ ਨੂੰ ਸਿਗਨਲ ਦਿੰਦੇ ਆ ਕਿ ਤੁਸੀਂ ਤੁਹਾਡੀ ਲਾਈਨ ਕਲੀਅਰ ਹੈ ਤੁਸੀਂ ਇਸ ਜਿਹੜਾ ਰੇਲਵੇ ਸਟੇਸ਼ਨ ਹੈ ਇਥੋਂ ਗੁਜ਼ਰ ਸਕਦੇ ਹੋ ਉਹਨਾਂ ਨੇ ਕਿਸੇ ਨੇ ਵੀ ਜਿਹੜਾ ਹਜ਼ਾਰੇ ਹੀ ਬੰਦੇ ਕੰਮ ਕਰਦੇ ਸੀ ਆਪਣੀ ਪੋਸਟ ਨਹੀਂ ਛੱਡੀ ਆਪਣਾ ਕੰਮ ਉਹ ਕਰਦੇ ਰਹੇ ਤੇ ਦੇਖੋ ਉਹਨਾਂ ਨੇ ਕਿੰਨੇ ਗੰਭੀਰ ਹਾਲਾਤਾਂ ਵਿੱਚ ਕੰਮ ਕੀਤਾ ਹੈ ਕਹਿੰਦੇ ਉਹ ਟਾਰਗੇਟ ਏਰੀਆਸ ਚ ਕੰਮ ਕਰਦੇ ਸੀ ਕਿਉਂਕਿ ਉੱਥੇ ਹੀ ਜ਼ਿਆਦਾ ਬਿਮਾਰੀ ਹੁੰਦੀ ਸੀ ਜਰਮਨੀ ਦੇ ਜਹਾਜ਼ਾਂ ਕਿ ਉੱਥੇ ਬੰਬ ਸੁੱਟਦੇ ਸੀ ਕਿਉਂਕਿ ਸਾਰੇ ਸਿਗਨਲਸ ਉੱਥੋਂ ਹੀ ਇੰਗਲੈਂਡ ਦੇ ਜਾਂਦੇ ਸੀਗੇ ਜਾਂ ਟ੍ਰੇਨਸ ਵਗੈਰਾ ਚਲਦੀਆਂ ਸੀ ਉਹ ਵਿਚਾਰੇ ਫਸੇ ਰਹਿੰਦੇ ਸੀ ਫਲਿਮਜ਼ੀ ਬਿਲਡਿੰਗਸ ਫਲਿਮਜ਼ੀ ਦਾ ਮਤਲਬ ਹੁੰਦਾ ਬੱਚਿਓ ਜਿਹੜੀਆਂ ਪ੍ਰੋਪਰਲੀ ਵਧੀਆ ਤਰੀਕੇ ਨਾਲ ਤਿਆਰ ਨਹੀਂ ਹੁੰਦੀਆਂ ਬਿਲਡਿੰਗਸ ਬੜੀਆਂ ਚਰਮਰਾਂਦੀਆਂ ਹੋਈਆਂ ਬਿਲਡਿੰਗਸ ਹੁੰਦੀਆਂ ਨੇ ਤੇ ਆਲੇ ਦੁਆਲੇ ਗਲਾਸਿਸ ਨਾਲ ਘਿਰੇ ਹੁੰਦੇ ਸੀਗੇ ਕਿਉਂਕਿ ਉਹਨਾਂ ਦਾ ਜਿਹੜਾ ਕੈਬਿਨ ਹੁੰਦਾ ਉਹ ਗਲਾਸ ਦਾ ਆਲੇ ਦੁਆਲੇ ਕਾਫੀ ਵਿੰਡੋਜ਼ ਹੁੰਦੀਆਂ ਨੇ ਤੇ ਬੰਬਸ ਜਿਹੜੇ ਨੇ ਸਕਰੀਮ ਕਰਦੇ ਹੋਏ ਆਵਾਜ਼ਾਂ ਕਰਦੇ ਹੋਏ ਥੱਲੇ ਗਿਰ ਰਹੇ ਨੇ ਲੇਕਿਨ ਉਹ ਆਪਣਾ ਕੰਮ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ what they worked for ਕਿ ਉਹ ਕਿਸ ਲਈ ਕੰਮ ਕਰ ਰਹੇ ਨੇ ਆਪਣੇ ਦੇਸ਼ ਲਈ ਕੰਮ ਕਰ ਰਹੇ ਨੇ ਐਂਡ ਦੇ ਨੂ ਇਟਸ ਇੰਪੋਰਟੈਂਸ ਟੂ ਅਦਰਸ ਤਾਂ ਉਹਨਾਂ ਨੂੰ ਪਤਾ ਹੈ ਕਿ ਇਹਦੀ ਇੰਪੋਰਟੈਂਸ ਕੀ ਹੈ ਕਿਉਂਕਿ ਆਪਣੇ ਉਹਨਾਂ ਦੇ ਸੋਲਜਰਸ ਨੇ ਗੱਡੀਆਂ 'ਚ ਜਾਣਾ ਇਧਰ ਉਧਰ ਉਹਨਾਂ ਨੂੰ ਪਤਾ ਹੈ ਕਿ ਜੇਕਰ ਅਸੀਂ ਅਸੀਂ ਉਹ ਛੱਡ ਜਾਾਂਗੇ ਕੰਮ ਕਰਨਾ ਤਾਂ ਸਾਡੇ ਦਾ ਦੇਸ਼ 'ਚ ਫਿਰ ਸਾਡੇ ਦੇਸ਼ ਨੂੰ ਕੋਈ ਆਰਾਮ ਨਾਲ ਜਰਮਨੀ ਹਰਾઈ ਸਕਦਾ ਐ ਐਂਡ ਟੂ देयर ਕੰਟਰੀ ਉਹਨਾਂ ਨੂੰ ਆਪਣੀ ਕੰਟਰੀ ਦਾ ਵੀ ਪਤਾ ਹੈ ਕਿ ਇਸਦੀ ਕਿੰਨੀ ਇੰਪੋਰਟੈਂਸ ਹੈ ਆਪਣੇ ਉਹਨਾਂ ਦੀ ਇੰਨੀ ਸੈਕਰੀਫਿਕੇਸ਼ਨ ਦੇ ਨਾਲ ਹੀ ਐਕਚੁਅਲੀ ਬ੍ਰਿਟੇਨ ਜਿੱਤੇ ਆ ਉਹ ਸੈਕੰਡ ਵਰਲਡ ਵਾਰ ਜਰਮਨੀ ਤੋਂ ਐਂਡ ਦੇ ਪੁਟ देयर ਜੋਬ ਬਿਫੋਰ ਥੈਮਸੈਲਵਜ਼ ਅਤੇ ਉਹਨਾਂ ਨੇ ਆਪਣੀ ਜਿਹੜੀ ਜੋਬ ਹੈ ਆਪਣੀ ਜ਼ਿੰਦਗੀ ਨਾਲੋਂ ਅੱਗੇ ਰੱਖੀ ਉਹਨਾਂ ਨੇ ਆਪਣੀ ਜ਼ਿੰਦਗੀ ਦੀ ਪਰਵਾਹ ਨਹੀਂ ਕੀਤੀ ਆਪਣੇ ਦੇਸ਼ ਨੂੰ ਉਸ ਜੰਗ ਦੇ ਵਿੱਚੋਂ ਜਿਤਾਉਣ ਦੇ ਲਈ ਉਹ ਆਪਣਾ ਕੰਮ ਕਰਦੇ ਰਹੇ ਦੈਟ ਵਾਸ ਡਿਸਪਲਨ ਇਹਨੂੰ ਡਿਸਪਲਨ ਕਹਿੰਦੇ ਨੇ ਕਿਉਂਕਿ ਉਹਨਾਂ ਨੇ ਆਪਣੇ ਆਪ ਨੂੰ ਸੈਲਫ ਡਿਸਪਲਨ 'ਚ ਰੱਖਿਆ ਉਹਨਾਂ ਨੂੰ ਕਿਸੇ ਨੇ ਇਨਫੋਰਸ ਨਹੀਂ ਸੀ ਕਰਿਆ ਉਹਨਾਂ ਨੂੰ ਕਿਸਨੇ ਨਹੀਂ ਸੀ ਕਿਹਾ ਕਿ ਤੁਸੀਂ ਕੰਮ ਕਰਦੇ ਜਾਓ ਜੇ ਉਹ ਛੱਡ ਕੇ ਚਲੇ ਵੀ ਜਾਂਦੇ ਆਪਣੀ ਜਾਨ ਬਚਾਉਣ ਦੇ ਲਈ ਤਾਂ ਉਹਨਾਂ ਨੂੰ ਕੁਝ ਨਹੀਂ ਸੀ ਹੋਣਾ ਬਿਕੋਜ਼ ਉਹ ਡੈਮੋਕਰੇਟਿਕ ਕੰਟਰੀ ਦੇ ਵਿੱਚ ਉਹ ਰਹ ਰਹੇ ਨੇ ਪਰ ਉਹਨਾਂ ਨੇ ਆਪਣੀ ਜੌਬ ਦੇ ਅੱਗੇ ਆਪਣਾ ਦੇਸ਼ ਰੱਖਿਆ ਆਪਣੀ ਆਪਣੀ ਦੇਸ਼ ਦੀ ਉਸ ਵਰਲਡ ਵਾਰ ਦੇ ਵਿੱਚ ਜਿੱਤ ਰੱਖੀ ਅਤੇ ਉਹਨਾਂ ਦਾ ਦੇਸ਼ ਜਿੱਤਿਆ ਇਸ ਤਰ੍ਹਾਂ ਦੀ ਸੈਕਰੀਫਿਕੇਸ਼ਨ ਦੇ ਨਾਲ ਤਾਂ ਇਹ ਹੈ ਜੀ ਸੈਲਫ ਡਿਸਿਪਲਨ ਹੁਣ ਸਟੂਡੈਂਟਸ ਇਸ ਪੈਰਾਗ੍ਰਾਫ ਦੇ ਵਿੱਚ ਰਾਈਟਰ ਇਹ ਕਹਿ ਰਿਹਾ ਹੈ ਕਹਿੰਦੇ ਵੀ ਕਿਸੇ ਵੀ ਦੇਸ਼ ਤੇ ਵੱਡੇ ਤੋਂ ਵੱਡਾ ਕੋਈ ਪ੍ਰੋਬਲਮ ਆ ਜੇ ਕੋਈ ਦਿੱਕਤ ਆ ਜੇ ਉਹ ਉਸ ਦਿੱਕਤ ਨੂੰ ਦੂਰ ਕਰ ਸਕਦਾ ਹੈ ਸਿਰਫ ਇੱਕ ਚੀਜ਼ ਦੇ ਨਾਲ ਉਹ ਕੀ ਹੈ ਜੀ ਡਿਸਪਲਿਨ ਕਹਿੰਦੇ ਕੋਈ ਵੀ ਰਾਸ਼ਟਰ ਨੋ ਨੇਸ਼ਨ ਐਵਰ ਗੋਟ ਆਊਟ ਆਫ ਅ ਡਿਫਿਕਲ ਪੋਜੀਸ਼ਨ ਚਾਹੇ ਉਹ ਕਿਸੇ ਵੀ ਡਿਫਿਕਲ ਪੋਜੀਸ਼ਨ ਚੋਂ ਨਹੀਂ ਨਿਕਲ ਸਕਿਆ ਚਾਹੇ ਉਹ ਕੋਈ ਇਕਨੋਮਿਕ ਦੀ ਹੈ ਆਰਥਿਕ ਹੈ ਚਾਹੇ ਮਿਲਟਰੀ ਦੀ ਹੈ ਕੋਈ ਮੰਨ ਲਓ ਉਸ ਤੇ ਅਟੈਕ ਹੋ ਗਿਆ ਵਿਦਆਊਟ ਡਿਸਪਲਿਨ ਬਿਨਾ ਡਿਸਪਲਿਨ ਤੋਂ ਉਹ ਇਹਨਾਂ ਚੀਜ਼ਾਂ ਚੋਂ ਨਹੀਂ ਨਿਕਲ ਸਕਦਾ ਕੋਈ ਦਿੱਕਤ ਆ ਜੇ ਡਿਸਪਲਿਨ ਦੇ ਨਾਲ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਤੇ ਜਿੱਤ ਪ੍ਰਾਪਤ ਕਰ ਸਕਦੇ ਹਾਂ ਅੱਗੇ ਰਾਈਟਰ ਡੈਮੋਕ੍ਰੇਸੀ ਦੀ ਗੱਲ ਕਰਦਾ ਹੈ ਕਹਿੰਦੇ ਜਿਹੜਾ ਲੋਕਤੰਤਰ ਦਾ ਮਤਲਬ ਇਹ ਹੈ ਕਿ ਉਸ ਦੇਸ਼ ਦੇ ਵਿੱਚ ਸਾਰੀਆਂ ਜਿਹੜੀਆਂ ਜ਼ਿੰਮੇਵਾਰੀਆਂ ਨੇ ਉਹ ਡੀਸੈਂਟਰਲਾਈਜ਼ ਨੇ ਸੋ ਡੀਸੈਂਟਰਲਾਈਜ਼ ਦਾ ਮਤਲਬ ਬੱਚੇ ਹੁੰਦਾ ਹੈ ਕਿ ਸਪੋਜ਼ ਕਰੋ ਜਿਵੇਂ ਆ ਆਪਾਂ ਪਾਵਰਾਂ ਵੰਡ ਦਈਏ ਕਿ ਕਿਸੇ ਵੀ ਕਿਸੇ ਵੀ ਇਕੱਲੇ ਪਰਸਨ ਦੇ ਹੱਥ 'ਚ ਪਾਵਰ ਨਾ ਹੋਵੇ ਸ਼ਕਤੀ ਨਾ ਹੋਵੇ ਉਹ ਪਾਵਰਾਂ ਵੰਡੀਆਂ ਹੋਣ ਜਿਵੇਂ ਸਾਡੇ ਦੇਸ਼ 'ਚ ਹੈ ਸਾਡੇ ਦੇਸ਼ 'ਚ ਸਾਰੀਆਂ ਜਿਹੜੀਆਂ ਪਾਵਰਸ ਨੇ ਉਹ ਸੈਂਟਰਲ ਗਵਰਨਮੈਂਟ ਕੋਲ ਨਹੀਂ ਹੈਗੀਆਂ ਜਾਂ ਪ੍ਰਧਾਨ ਮੰਤਰੀ ਕੋਲ ਨਹੀਂ ਹੈਗੀਆਂ ਸਾਡੇ ਚੀਫ ਮਿਨਿਸਟਰਸ ਕੋਲ ਜੁ ਵੀ ਨੇ ਸਾਡੇ ਸਾਡੇ ਜਿਹੜੇ ਪਿੰਡ ਦੇ ਸਰਪੰਚ ਨੇ ਜਾਂ ਸਾਡੇ ਸ਼ਹਿਰਾਂ ਦੇ ਜਿਹੜੇ ਸਾਡੇ ਮਿਊਸਪਲ ਕਾਉਂਸਲਰ ਨੇ ਉਹਨਾਂ ਕੋਲ ਵੀ ਨਹੀਂ ਤਾਂ ਹਰ ਖੇਤਰਾਂ ਦੇ ਵਿੱਚ ਪਾਵਰਾਂ ਵੱਡੀਆਂ ਹੋਈਆਂ ਨੇ ਇਹਨੂੰ ਆਪਾਂ ਡੀਸੈਂਟਰਲਾਈਜ਼ ਕਹਿੰਦੇ ਆ ਅਤੇ ਕੋਈ ਵੀ ਇਨਸਾਨ ਆਪਣੇ ਇਸ ਸਟ੍ਰੇਨ ਸਟ੍ਰੇਨ ਦਾ ਮਤਲਬ ਪ੍ਰੈਸ਼ਰ ਜੋ ਉਸ ਨੂੰ ਅਧਿਕਤ ਜੋ ਉਸ ਨੂੰ ਮਿਲਿਆ ਹੋਇਆ ਕੰਮ ਉਸ ਤੋਂ ਉਹ ਉਸ ਦੇ ਸ਼ੇਰ ਤੋਂ ਉਹ ਐਵੋਇਡ ਨਹੀਂ ਕਰ ਸਕਦਾ ਸ਼ਰਕ ਦਾ ਮਤਲਬ ਹੁੰਦਾ ਹੈ ਜੀ ਚੁਰਾਣਾ ਮਤਲਬ ਜੋ ਵੀ ਸਾਨੂੰ ਜ਼ਿੰਮੇਵਾਰੀ ਮਿਲੀ ਹੈ ਸਾਨੂੰ ਉਹ ਪੂਰੀ ਕਰਨੀ ਪਵੇਗੀ ਇਸ ਡੈਮੋਕ੍ਰੈਟਿਕ ਕੰਟਰੀ ਦੇ ਵਿੱਚ ਕਿੰਦੇ ਜੇਕਰ ਹਰ ਕੋਈ ਸਿਰਫ ਉਹੀ ਨਹੀਂ ਜਿਨ੍ਹਾਂ ਦੇ ਵੱਲ ਅਸੀਂ ਉਂਗਲੀ ਉਠਾਉਂਦੇ ਆ ਕਿ ਉਹ ਕੰਮ ਨਹੀਂ ਕਰਦੇ ਹਰ ਕੋਈ ਆਪਣਾ ਕੰਮ ਕਰੇ ਰੀਅਲੀ ਵਰਕ ਕਰੇ ਕਿਹੜਾ ਕੰਮ ਕਰੇ ਜੋਸ ਨੂੰ ਮਿਲਿਆ ਹੋਇਆ ਵੀ ਵਸ ਪੋਸਟ ਟੂ ਬੀ ਵਰਕਿੰਗ ਜੋਸ ਨੇ ਕੰਮ ਕਰਨਾ ਹੈ ਜੋ ਸਾਨੂੰ ਜ਼ਿੰਮੇਵਾਰੀਆਂ ਮਿਲੀਆਂ ਹੋਈਆਂ ਜੇਕਰ ਅਸੀਂ ਸਾਰੇ ਜਣੇ ਉਹਨਾਂ ਜ਼ਿੰਮੇਵਾਰੀਆਂ ਨੂੰ ਪ੍ਰੋਪਰ ਨਿਭਾਈਏ ਸੈਲਫ ਡਿਸਪਲਿਨ ਚ ਆ ਕੇ ਨਿਭਾਈਏ ਤਾਂ ਸਾਡ ਅਸੀਂ ਜਿਹੜੇ ਸਾਡੇ ਦੇਸ਼ ਤੇ ਇਹ ਇਕਨੋਮਿਕ ਕ੍ਰਾਈਸਿਸ ਹਾਲੋ ਬਣਿਆ ਹੋਇਆ ਹੈ ਜੋ ਇੱਕ ਆਰਥਿਕ ਸੰਕਟ ਆਇਆ ਹੋਇਆ ਹੈ ਕ੍ਰਾਈਸਿਸ ਦਾ ਮਤਲਬ ਬੱਚਿਓ ਸੰਕਟ ਆਇਆ ਹੋਇਆ ਹੈ ਜੋ ਸਾਡੇ ਦੇਸ਼ ਤੇ ਤਾਂ ਅਸੀਂ ਉਸ ਨੂੰ ਦੂਰ ਕਰ ਸਕਦੇ ਹਾਂ ਸਿਰਫ ਇੱਕ ਕੰਮ ਕਰਕੇ ਅਸੀਂ ਆਪਣੀ ਰਿਸਪਾਂਸਿਬਿਲਟੀ ਸਮਝੀਏ ਅਤੇ ਉਸ ਰਿਸਪਾਂਸਿਬਿਲਟੀ ਨੂੰ ਸਮਝਦੇ ਹੋਏ ਸੈਲਫ ਡਿਸਪਲਿਨ ਦੇ ਵਿੱਚ ਹੋ ਕੇ ਕੰਮ ਕਰੀਏ ਕਹਿੰਦੇ ਇਸ ਦੇ ਲਈ ਡਿਸਪਲਿਨ ਦੀ ਲੋੜ ਹੈ ਕੰਮ ਕਰਨ ਦੇ ਲਈ ਰਿਸਪਾਂਸਿਬਿਲਟੀ ਸਮਝਣ ਦੇ ਲਈ ਅਤੇ ਇਹ ਸਿਰਫ ਸਾਡੇ ਨਾਲ ਹੀ ਨਹੀਂ ਹੋਏਗਾ ਕਿ ਅਸੀਂ ਇੱਕ ਇੱਕ ਬੰਦਾ ਸੋਚੇ ਕਿ ਮੈਂ ਡਿਸਪਲਿਨ ਚ ਰਹਿਣਾ ਕੰਮ ਹੋ ਜਾਊਗਾ ਨਹੀਂ ਇਟ ਸ਼ੁਡ ਬੀ ਬੈਕਡ ਬਾਏ ਅ ਹੈਲਥੀ ਪਬਲਿਕ opinion ਮਤਲਬ ਇਹ ਸਾਰਿਆਂ ਦੇ ਵਿਚਾਰਹੀ ਹੋਣਾ ਚਾਹੀਦਾ ਪਬਲਿਕ opinion ਦਾ ਮਤਲਬ ਕਿ ਇਸ ਦੇਸ਼ ਦੇ ਵਿੱਚ ਰਹਿਣ ਵਾਲੇ ਹਰ ਇੱਕ ਜਿਹੜਾ ਇਨਸਾਨ ਹੈ ਉਸ ਦਾ ਇਹ ਵਿਚਾਰ ਹੋਣਾ ਚਾਹੀਦਾ opinion ਹੋਣੀ ਚਾਹੀਦੀ ਹੈ ਸੇਧਮੰਦ opinion ਹੋਣੀ ਚਾਹੀਦੀ ਹੈ ਕਿ ਮੈਂ ਕੰਮ ਕਰਨਾ ਹੈ ਤੇ ਮੈਂ ਸੈਲਫ ਡਿਸਪਲਿਨ ਦੇ ਵਿੱਚ ਰਹਿ ਕੇ ਕੰਮ ਕਰਨਾ ਹੈ ਫਿਰ ਅਸੀਂ ਆਪਣੇ ਦੇਸ਼ ਤੇ ਕੋਈ ਵੀ ਦਿੱਕਤ ਆ ਜੇ ਅਸੀਂ ਉਸ ਨੂੰ ਦੂਰ ਕਰ ਸਕਦੇ ਹਾਂ ਅਸੀਂ ਉਸ ਤੇ ਜਿੱਤ ਪ੍ਰਾਪਤ ਕਰ ਸਕਦੇ ਹਾਂ ਐਸੇ ਦੇ ਲਾਸਟ ਪੈਰੇ ਦੇ ਵਿੱਚ ਰਾਈਟਰ ਕਹਿੰਦਾ ਹੈ ਕਹਿੰਦੇ ਅਸੀਂ ਅੱਜ ਕੱਲ ਇਸ ਗੱਲ ਤੇ ਤੁਲੇ ਹੋਏ ਹਾਂ ਵੀ ਆਰ ਆਫਟ ਥੀਸ ਡੇਸ ਕਿ ਅਸੀਂ ਜ਼ਿਆਦਾ ਲਿਬਰਟੀ ਬਾਰੇ ਸੋਚਦੇ ਹਾਂ ਕਿ ਸਾਨੂੰ ਖੁੱਲ੍ਹ ਮਿਲੇ ਆਜ਼ਾਦੀ ਮਿਲੇ ਦੈਨ ਆਫ ਰਿਸਪੌਂਸਿਬਿਲਟੀ ਪਰ ਜਿਹੜੀ ਸਾਡੀਆਂ ਜ਼ਿੰਮੇਵਾਰੀਆਂ ਨੇ ਉਹਨਾਂ ਬਾਰੇ ਅਸੀਂ ਨਹੀਂ ਸੋਚਦੇ ਰਿਸਪੌਂਸਿਬਿਲਟੀ ਬਾਰੇ ਨਾ ਸੋਚ ਕੇ ਲਿਬਰਟੀ ਬਾਰੇ ਸੋਚਦੇ ਹਾਂ ਕਿ ਹਾਂ ਸਾਨੂੰ ਆਹ ਚੀਜ਼ ਮਿਲਣੀ ਚਾਹੀਦੀ ਹੈ ਪਰ ਮੈਂ ਬੱਚਿਓ ਸ਼ੁਰੂ ਚ ਵੀ ਕਿਹਾ ਹੈ ਕਿ ਲਿਬਰਟੀ ਦੇ ਨਾਲ ਰਿਸਪੌਂਸਿਬਿਲਟੀਆਂ ਵੀ ਸਾਡੇ ਇਹ ਕਨਸਟੀਟਿਊਸ਼ਨ ਚ ਦਰਜ ਨੇ ਸਾਡੇ ਤਾਂ ਸੰਵਿਧਾਨ ਚ ਦਰਜ ਨੇ ਤਾਂ ਇਨ ਦਾ ਲੌਂਗ ਰਨ ਕਿ ਲੰਬੇ ਸਮੇਂ ਦੇ ਵਿੱਚ ਜੇ ਅਸੀਂ ਦੇਖੀਏ ਵੀ ਨੈਵਰ ਗੈਟ ਐਨੀਥਿੰਗ ਵਰਥ ਹੈਵਿੰਗ ਵਿਦਆਊਟ ਪੇਇੰਗ ਸਮਥਿੰਗ ਫਾਰ ਇਟ ਕਿ ਕੋਈ ਵੀ ਚੀਜ਼ ਅਸੀਂ ਬੱਚਿਓ ਪ੍ਰਾਪਤ ਨਹੀਂ ਕਰ ਸਕਦੇ ਵੀ ਨੈਵਰ ਗੈਟ ਐਨੀਥਿੰਗ ਜਦ ਤੱਕ ਅਸੀਂ ਉਸ ਚੀਜ਼ ਲਈ ਕੁਝ ਪੇ ਨਾ ਕਰਦੀਏ ਤਾਂ ਸਾਨੂੰ ਕੁਝ ਪੇਮੈਂਟ ਤਾਂ ਦੇਣੀ ਪੈਂਦੀ ਹੈ ਨਾ ਮੰਨ ਲਓ ਅਸੀਂ ਕੋਈ ਚੀਜ਼ ਚਾਹੁੰਦੇ ਹਾਂ ਕੋਈ ਚੀਜ਼ ਸਾਨੂੰ ਜ਼ਰੂਰਤ ਹੈ ਤਾਂ ਸਾਨੂੰ ਕੁਝ ਪੇਮੈਂਟ ਦੇਣੀ ਪੈਗੀ ਪੈਸੇ ਦੇਣੇ ਪੈਣਗੇ ਸਾਨੂੰ ਤਾਂ ਹੀ ਚੀਜ਼ ਮਿਲੂਗੀ ਸੇਮ ਗੈਲਿਬਰਟੀ ਨਾਲ ਹੈ ਲਿਬਰਟੀ ਕਿਵੇਂ ਮਿਲੂਗੀ ਡਿਸਪਲਿਨ ਨਾਲ ਜੇ ਅਸੀਂ ਡਿਸਪਲਿਨਸ ਰਹਾਂਗੇ ਫਿਰ ਲਿਬਰਟੀ ਮਿਲੇਗੀ। ਇਹੀ ਗੱਲ ਕਹਿੰਦਾ ਹੈ ਉਹ ਕਿ ਲਿਬਰਟੀ ਇਜ਼ ਨੋ ਐਕਸੈਪਸ਼ਨ। ਕਿ ਲਿਬਰਟੀ ਵੀ ਇਸ ਗੱਲ ਦਾ ਪਵਾਦ ਨਹੀਂ ਹੈ ਕਿ ਅਸੀਂ ਬਿਨਾ ਕੋਈ ਚੀਜ਼ ਕਰੀਏ ਲਿਬਰਟੀ ਸਾਨੂੰ ਮਿਲ ਜੇ। ਨੋ ਸਾਨੂੰ ਪਹਿਲਾਂ ਡਿਸਪਲਿਨ ਚ ਰਹਿਣਾ ਪਊਗਾ। ਤੇ ਲਾਸਟ ਬੱਚਿਓ ਜਿਹੜੀ ਲਾਈਨ ਹੈ ਇਹ ਐਸੇ ਦੀ ਸਭ ਤੋਂ ਖੂਬਸੂਰਤ ਲਾਈਨ ਹੈ। ਤੇ ਉਹ ਕੀ ਕਹਿੰਦਾ ਹੈ? ਕਹਿੰਦੇ ਯੂ ਕੈਨ ਹੈਵ ਡਿਸਪਲਿਨ ਵਿਦਆਊਟ ਲਿਬਰਟੀ ਬਟ ਯੂ ਕੈਨ ਨੋਟ ਹੈਵ ਲਿਬਰਟੀ ਵਿਦਆਊਟ ਡਿਸਪਲਿਨ। ਕਹਿੰਦੇ ਠੀਕ ਹੈ। ਆ ਲਿਬਰਟੀ ਤੋਂ ਬਿਨਾ ਡਿਸਪਲਿਨ ਹੋ ਸਕਦਾ ਹੈ। ਅਸੀਂ ਕਹਿ ਸਕਦੇ ਹਾਂ ਕਿ ਸਾਨੂੰ ਚਲੋ ਕੋਈ ਆਜ਼ਾਦੀ ਨਹੀਂ ਚਾਹੀਦੀ ਪਰ ਅਸੀਂ ਡਿਸਪਲਿਨ ਚ ਰਹਿਣਾ ਜਾਣੇ ਉਹ ਗੱਲ ਠੀਕ ਹੈ ਲਿਬਰਟੀ ਤੋਂ ਬਿਨਾ ਡਿਸਪਲਿਨ ਪੋਸੀਬਲ ਹੈ ਪਰ ਜੇ ਤੁਸੀਂ ਇਹ ਕਹੀਏ ਕਿ ਅਸੀਂ ਡਿਸਪਲਿਨ ਚ ਨਹੀਂ ਰਹਿਣਾ ਪਰ ਸਾਨੂੰ ਲਿਬਰਟੀ ਚਾਹੀਦੀ ਹੈ ਸਾਨੂੰ ਖੁੱਲ ਚਾਹੀਦੀ ਹੈ ਹਰ ਕੰਮ ਕਰਨ ਦੀ ਖੁੱਲ ਚਾਹੀਦੀ ਹੈ ਪਰ ਸਾਡੇ ਤੇ ਕੋਈ ਨਿਸ਼ਾਸ਼ਣ ਨਾ ਹੋਵੇ ਇਹ ਨਹੀਂ ਹੋ ਸਕਦਾ ਸਾਨੂੰ ਡਿਸਪਲਿਨ ਦੇ ਨਾਲ ਹੀ ਲਿਬਰਟੀ ਮਿਲੇਗੀ ਬੱਚਿਓ ਡਿਸਪਲਿਨ ਪਹਿਲਾ ਹੈ ਲਿਬਰਟੀ ਬਾਅਦ ਹੈ ਇਹੀ ਰਾਈਟਰ ਜਿਹੜਾ ਹੈ ਇਸ ਐਸਐਚ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਉਮੀਦ ਹੈ ਬੱਚਿਓ ਕਿ ਤੁਹਾਨੂੰ ਇਹ ਸਾਰਾ ਐਸੇ ਸਮਝ ਆ ਗਿਆ ਹੋਵੇਗਾ ਜੇਕਰ ਫਿਰ ਵੀ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਆ ਹੋਮਵਰਕ ਦੇ ਤੌਰ ਤੇ ਤੁਸੀਂ ਇਸ ਐਸੇ ਦੇ ਵਿੱਚ ਜਿੰਨੀ ਵੀ ਤੁਹਾਡੇ ਲਈ ਨਵੇਂ ਵਰਡਸ ਆਏ ਨੇ ਉਹਨਾਂ ਦੀ ਤੁਸੀਂ ਗਲੋਸਰੀ ਜ਼ਰੂਰ ਬਣਾ ਦਿਓ ਉਸ ਨੂੰ ਆਪਣੀ ਫੈਰ ਨੋਟਬੁੱਕ ਸੇ ਨੋਟ ਕਰ ਲਓ ਤੇ ਮੈਨੂੰ ਉਸ ਦੀਆਂ ਪਿਕਸ ਜ਼ਰੂਰ ਭੇਜ ਦਿਓ ਧੰਨਵਾਦ